ਸਿੰਘ ਜੀ, ਲੰਗਰ ਦੀ ਸੇਵਾ ਕਿਵੇਂ ਚੱਲਦੀ ਹੈ ਇਸ ਵਕਤ? ਕੰਗਣ ਘਾਟ ਵਿਖੇ ਜੋ ਸੇਵਾਵਾਂ ਚੱਲ ਰਹੀਆਂ ਨੇ, ਥੋੜ੍ਹਾ ਜਿਹਾ ਉਹਦਾ ਹਾਲ ਆਪ ਜੀ ਦੇ ਨਾਲ ਇੱਥੇ ਚੱਲ ਕੇ ਦਰਸ਼ਨ ਕਰਾਉਂਦੇ ਹਾਂ। ਆਹ ਸੇਵਾ ਸੰਗਤ ਜੀ, ਮੈਨੂੰ ਲੱਗਦਾ ਉਹ ਆ ਜਿਹੜੀ ਤੁਸੀਂ ਭੇਜਦੇ ਹੋ, ਇਹ ਸੁੱਕੀ ਰਸਤਾ ਆਉਂਦੀ ਹੈ, ਕਿਉਂ ਬਾਬਾ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਅਸੀਂ ਹੁਣ ਉਸ ਜਗ੍ਹਾ 'ਤੇ ਖੜ੍ਹੇ ਹਾਂ ਜਿੱਥੇ ਸੰਗਤਾਂ ਦੀਆਂ ਦਿੱਤੀਆਂ ਹੋਈਆਂ ਰਸਤਾਂ ਜਿਹੜੀਆਂ ਉਹ ਸਟੋਰ ਕੀਤੀਆਂ ਜਾਂਦੀਆਂ ਨੇ, ਕਿਉਂਕਿ ਐਡੇ ਵੱਡੇ ਸਟੋਰ ਅਸੀਂ ਬਣਾ ਨਹੀਂ ਸਕਦੇ। ਜਿੰਨਾ ਵੀ ਰਸਤੇ ਲੈ ਕੇ ਆਏ ਹਾਂ, ਪੰਜਾਬ ਤੋਂ ਲੈ ਕੇ ਆਏ ਹਾਂ, ਉਹ ਰਸਤੇ ਜਿਹੜੀ ਅਸੀਂ ਗੱਡੀਆਂ ਦੇ ਵਿੱਚ ਲੋਡ ਕੀਤੀ ਹੋਈ ਹੈ, ਗੱਡੀਆਂ ਬਾਹਰ ਖੜੀਆਂ ਨੇ, ਕਿਉਂਕਿ ਜਗ੍ਹਾ ਇੱਦਾਂ ਦੀ ਆ, ਮੌਸਮ ਇੱਦਾਂ ਦਾ ਚੱਲਦਾ, ਧੁੰਦ ਪੈਣ ਦਾ ਕਰਕੇ ਸਲਾਬ ਚੜ੍ਹਦੀ ਆ, ਅਸੀਂ ਜਿੰਨੀ ਜਿੰਨੀ ਲੋੜ ਪੈਂਦੀ ਆ ਉਨੀਆਂ ਰਸਤਾ ਲਾ ਕੇ ਗੱਡੀਆਂ 'ਚੋਂ ਲੈ ਆਉਂਦੇ ਹਾਂ। ਸੋ ਇਹ ਸੰਗਤਾਂ ਦੇਖ ਰਹੀਆਂ ਜੋ ਚੈਨਲ ਰਾਹੀਂ, ਇਹ ਸੰਗਤਾਂ ਤੁਹਾਡੀਆਂ ਦਿੱਤੀਆਂ ਹੋਈਆਂ ਰਸਤਾਂ ਦੇ ਵਿੱਚੋਂ ਹੀ ਸਾਰਾ ਇਹ ਯੋਗਦਾਨ ਆਪ ਜੀ ਦਾ, ਜੋ ਗੁਰੂ ਮਹਾਰਾਜ ਰਹਿਮਤ ਕਰਨ, ਆਪ ਜੀ ਨੂੰ ਇਸੇ ਤਰ੍ਹਾਂ ਹੀ ਬਾਲ ਉਦਮ ਪਿਆਰ ਬਖਸ਼ਣ, ਅਤੇ ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇੱਥੇ ਲੰਗਰ ਛਕ ਰਹੀਆਂ ਸ਼੍ਰੀ ਪਟਨਾ ਸਾਹਿਬ ਵਿਖੇ ਆਣ ਕੇ, ਇਹ ਤੁਹਾਡੀਆਂ ਹੀ ਦਿੱਤੀਆਂ ਹੋਈਆਂ ਸੀਸਾਂ ਦਾ ਸਦਕਾ ਹੀ ਇਹ ਸਾਰੇ ਕਾਰਜ ਚੱਲ ਰਹੇ ਆ ਜੀ। ਬਿਲਕੁਲ ਸੰਗਤ ਜੀ, ਇਹ ਖਜ਼ਾਨਾ ਹੈ ਜੀ ਗੁਰੂ ਕੇ ਲੰਗਰ ਦਾ ਸਾਰਾ, ਜਿਵੇਂ ਭਾਈ ਸਾਹਿਬ ਹੋਰਾਂ ਦੱਸਿਆ, ਕਿਉਂਕਿ ਟਰੱਕਾਂ ਦੇ ਵਿੱਚ ਰਸਦ ਉੱਥੋਂ ਹੀ ਲੈ ਆਉਂਦੇ ਆ। ਸੋ ਇੱਥੇ ਆਰਜ਼ੀ ਤੌਰ 'ਤੇ ਕੈਂਪ ਬਣਿਆ ਹੁੰਦਾ ਆ, ਆਪਾਂ ਜਾਣਦੇ ਹਾਂ। ਸੋ ਜਿੰਨਾ ਜਿੰਨਾ ਜ਼ਰੂਰਤ ਪੈਂਦੀ ਆ, ਅਤੇ ਉਹਨਾਂ ਉਹਨਾਂ ਉਤਾਰ ਕੇ ਅਤੇ ਇਹ ਵਰਤੋਂ ਸ਼ੁਰੂ ਹੋ ਜਾਂਦੀ ਹੈ। ਇਸੇ ਕਰਕੇ ਮੈਨੂੰ ਲੱਗਦਾ ਕਿ ਭਾਈ ਸਾਹਿਬ ਜੀ ਕਿ ਤਨ ਮਨ ਧਨ ਤਿੰਨ ਤਰ੍ਹਾਂ ਦੀ ਸੇਵਾ ਮਹਾਰਾਜ ਨੇ ਗੁਰਬਾਣੀ 'ਚ ਜ਼ਿਕਰ ਕੀਤਾ, ਅਤੇ ਤਿੰਨੇ ਮੈਨੂੰ ਲੱਗਦਾ ਕਿ ਇੱਥੇ ਪ੍ਰਵਾਨ ਚੜ੍ਹਦੀਆਂ ਨੇ, ਫਿਰ ਇਹ ਸੇਵਾ ਸੰਪੂਰਨ ਹੁੰਦੀ ਹੈ। ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਗੁਰੂ ਮਹਾਰਾਜ ਨੇ ਕਹੀਆਂ ਉਹ ਪੂਰੀਆਂ ਹੋਣਗੀਆਂ, ਅਤੇ ਫਿਰ ਹੀ ਇਹ ਸਾਰੇ ਕਾਰਜ ਚੱਲਣਗੇ। ਸੋ ਬੇਨਤੀ ਹੈ ਵੀ ਸੰਗਤਾਂ ਦੇ ਸੰਯੋਗ ਦੇ ਨਾਲ, ਭਾਈ ਸਾਹਿਬ ਹੋਣਾ ਦਾ ਬਹੁਤ ਵੱਡਾ ਉਪਰਾਲਾ, ਕਿਉਂਕਿ ਅਸੀਂ ਤਾਂ ਇੰਨੀ ਸਮਝ ਵਾਲੇ ਨਹੀਂ ਹੈਗੇ। ਉਹ ਪਿਛਲੇ ਸਾਲ ਇੱਥੇ ਆਏ, ਸੰਗਤਾਂ ਆਈਆਂ, ਕਿਉਂਕਿ 2 ਸਾਲ ਲਗਾਤਾਰ ਜੋ ਸ਼ਤਾਬਦੀ ਮਨਾਈ ਗਈ, 350 ਸਾਲ ਅਤੇ 51 ਸਾਲ ਉਦੋਂ ਮਹਾਰਾਜ ਨੇ ਰਹਿਮ ਦੇ ਕਰਕੇ ਸੇਵਾਵਾਂ ਲਈਆਂ, ਅਤੇ ਉਹ ਪਿਛਲੇ ਸਾਲ ਨਾ ਆਉਣ ਦੇ ਕਾਰਨ ਭਾਈ ਸਾਹਿਬ ਹੋਣਾ ਨੇ ਕਿਹਾ ਵੀ ਨਹੀਂ, ਆਪਾਂ ਜੇ ਬਿਹਾਰ ਦੇ ਮੁੱਖ ਮੰਤਰੀ ਸੰਗਤਾਂ ਦੇ ਸਹੂਲਤ ਵਾਸਤੇ ਇਹੋ ਜਿਹੇ ਟੈਂਟ ਲਾ ਕੇ ਦੇ ਰਹੀਆਂ ਨੇ, ਅਤੇ ਆਪਾਂ ਜੋ ਸੰਗਤਾਂ ਜਾਂਦੀਆਂ ਉਹਨਾਂ ਨੂੰ ਲੰਗਰ ਵੀ ਛਕਾਉਣ ਦਾ ਸਾਡਾ ਫਰਜ਼ ਬਣਦਾ। ਅਤੇ ਗੁਰੂ ਨਾਨਕ ਦੀਆਂ ਮਹਾਰਾਜ ਦੀਆਂ ਸੰਗਤਾਂ ਜਿਹੜੀਆਂ ਨੇ ਬੜੀਆਂ ਭਾਗਾਂ ਵਾਲੀਆਂ ਨੇ, ਜਿਨ੍ਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਭਾਈ ਸਾਹਿਬ ਹੋਣੀ ਉਪਰਾਲਾ ਕਰਕੇ ਇਹ ਲੰਗਰ ਦੀ ਜਿਹੜੀ ਪ੍ਰਥਾ ਨੂੰ ਅੱਗੇ ਵਧਾ ਰਹੇ ਨੇ। ਸੋ ਇਸ ਕਰਕੇ ਐਰਕਾਂ ਅਸੀਂ ਫਿਰ ਭਾਈ ਸਾਹਿਬ ਹੋਣਾਂ ਨੇ ਕਹਿਣ ਦੇ ਕਾਰਨ ਇਹ ਲੰਗਰ ਲੈ ਕੇ, ਜੋ ਕਿ ਪੰਜਾਬ ਦੇ ਵਿੱਚੋਂ 35-40 ਗੱਡੀਆਂ ਰਸਤ 'ਤੇ ਸੰਗਤਾਂ ਆਈਆਂ ਨੇ, ਜੋ ਕਿ ਤਕਰੀਬਨ 1500 ਸਿੰਘ ਦੇ ਲਾਗੇ ਸੰਗਤ ਹੈ, ਬਾਕੀ ਕੁਝ ਗੱਡੀਆਂ ਦੇ ਵਿੱਚ ਰਾਸ਼ਨ ਸੀਗਾ ਉਹ ਇੱਥੇ ਚੱਲ ਰਿਹਾ ਹੈ। ਅਤੇ ਇਹ ਸੰਪਰਦਾਇ ਜਿਹੜੀ ਆ, ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਹੁਣ ਜਿਹੜੇ ਮੁਖੀ ਨੇ ਇਸ ਟਾਈਮ ਨਿਸ਼ਕਾਮ ਸਿੱਖਿਆ ਯੂਕੇ ਵਾਲੇ, ਬਾਬਾ ਸੰਤ ਬਾਬਾ ਪੂਰਨ ਸਿੰਘ ਜੀ, ਸੰਤ ਬਾਬਾ ਨਰੰਗ ਸਿੰਘ ਜੀ, ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਇਸ ਜਥੇ ਦੇ ਮੁਖੀ ਨੇ ਇਸ ਟਾਈਮ। ਇਸੇ ਤਰ੍ਹਾਂ ਹੀ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ਼੍ਰੀ ਅਨੰਦਪੁਰ ਸਾਹਿਬ, ਜਿਨ੍ਹਾਂ ਦੇ ਪਹਿਲੇ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਸੇਵਾ ਸਿੰਘ ਜੀ, ਉਸ ਤੋਂ ਬਾਅਦ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਹਰਭਜਨ ਸਿੰਘ ਜੀ ਭਲਵਾਨ, ਬਾਬਾ ਲਾਭ ਸਿੰਘ ਜੀ ਅੱਜ ਤੋਂ ਕੋਈ 5 ਮਹੀਨੇ ਪਹਿਲਾਂ ਸਵਾਸਾਂ ਰੂਪੀ ਜੋ ਪਰਮੇਸ਼ਰ ਨੇ ਸਵਾਸ ਦਿੱਤੇ ਉਹਨੂੰ ਭੋਗਦੇ ਹੋਏ ਸੰਸਾਰ ਤੋਂ ਚਲੇ ਗਏ। ਉਹਨਾਂ ਤੋਂ ਬਾਅਦ ਬਾਬਾ ਹਰਭਜਨ ਸਿੰਘ ਜੀ ਭਲਵਾਨ ਹੋਣਾਂ ਨੂੰ ਇਹ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਗਈ। ਉਹਨਾਂ ਨੇ ਬੜੀ ਤਨਦੇਹੀ ਦੇ ਨਾਲ ਇਸ ਸੇਵਾ ਨੂੰ ਅੱਗੇ ਤੋਰਿਆ, ਸਾਨੂੰ ਸੰਗਤਾਂ ਨੂੰ ਸਾਰਿਆਂ ਨੂੰ ਅਸੀਸਾਂ ਦੇ ਕੇ, ਆਸ਼ੀਰਵਾਦ ਦੇ ਕੇ ਵੀ ਆਪਾਂ ਪਟਨਾ ਸਾਹਿਬ ਲੰਗਰ ਲਾਉਣਾ, ਅਸੀਂ ਇੱਧਰ ਨੂੰ ਚੱਲ ਪਏ। 21 ਦੀ ਰਾਤ ਨੂੰ ਜੋ ਪਰਮੇਸ਼ਰ ਨੇ ਉਹਨਾਂ ਨੂੰ ਸਵਾਸ ਬਖਸ਼ੇ ਸੀ ਉਹਨਾਂ ਨੂੰ ਪੂਰੀਆਂ ਕਰਦਿਆਂ ਉਹ ਸਰੀਰ ਛੱਡ ਗਏ, ਯਾਨੀ ਕਿ ਉਹ ਘਾਟਾਂ ਨਹੀਂ ਪੂਰੀਆਂ ਹੋ ਸਕਦੀਆਂ, ਕਿਉਂਕਿ ਮਹਾਂਪੁਰਸ਼ ਜਿਹੜੇ ਆ ਸੰਸਾਰ 'ਤੇ ਆਉਂਦੇ ਆ, ਉਹ ਸਾਨੂੰ ਚੰਗੇ ਕਰਮ ਕਰਨ ਵਾਸਤੇ ਦਸਾਂ ਨੌ ਦੀ ਕਿਰਤ ਕਮਾਈ ਕਰੋ, ਨਾਮ ਜਪੋ, ਵੰਡ ਕੇ ਛਕੋ, ਕਿਉਂਕਿ ਉਹ ਬੜੇ ਚੰਗੇ ਲੇਖੇ ਲਾ ਰਹੇ ਸੀਗੇ, ਪਰ ਉਹ ਘਾਟਾ ਨਹੀਂ ਪੂਰਾ ਹੋ ਸਕਦਾ। ਸੰਗਤਾਂ ਦੇ ਮਨਾਂ ਦੇ ਵਿੱਚ ਬੜਾ ਇੱਕ ਵਿਰਾਗ ਆ ਕਿ ਕਿਉਂ ਸਾਨੂੰ ਮਹਾਂਪੁਰਸ਼ਾਂ ਨੇ ਤੋਰਿਆ ਸੀ। ਸੰਗਤਾਂ ਪਿੱਛੇ ਵੀ ਮੁੜ ਗਈਆਂ, ਸੰਸਕਾਰ ਕਰਕੇ ਆਈਆਂ ਬਾਬਾ ਜੀ ਦੇ ਸਰੀਰ ਦਾ, ਫਿਰ ਉੱਥੇ ਵਿਚਾਰ ਕੀਤੀ ਗਈ। ਭਾਈ ਇੰਦਰਜੀਤ ਸਿੰਘ ਜੀ, ਜੋ ਬਿੱਟੂ ਪਿਆਰ ਨਾਲ ਕਿਹਾ ਜਾਂਦਾ ਨਿਸ਼ਕਾਮ ਸੇਵਾ ਜਥੇ ਦੇ ਇਸ ਟਾਈਮ ਦੇ ਇੱਥੇ ਜਥੇਦਾਰ ਨੇ,
ਉਹਨਾਂ ਨੇ ਸਾਨੂੰ ਸਾਰਿਆਂ ਨੂੰ ਪਿਆਰ ਦੇ ਨਾਲ ਬੈਠ ਕੇ ਅਸੀਂ ਵਿਚਾਰ ਕੀਤੀ ਵੀ ਸਾਡੇ ਇਸ ਟਾਈਮ ਜੋ ਮੁਖੀ ਨੇ ਬਾਬਾ ਸੁੱਚਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ, ਉਹਨਾਂ ਨਾਲ ਵਿਚਾਰ ਕਰਕੇ ਅਸੀਂ ਗੱਡੀਆਂ ਫਿਰ ਸ਼੍ਰੀ ਪਟਨਾ ਸਾਹਿਬ ਨੂੰ ਤੋਰੀਆਂ ਅਤੇ ਜੋ ਕਿ ਲੰਗਰ ਦੀ ਜਿਹੜੀ ਮਹਾਂਪੁਰਸ਼ਾਂ ਨੇ ਸੰਗਤਾਂ ਦੇ ਵਾਸਤੇ ਰਸਤਾਂ ਇਕੱਠੀਆਂ ਕੀਤੀਆਂ ਨੇ, ਇਹ ਪਟਨਾ ਸਾਹਿਬ ਹੀ ਜਾ ਕੇ ਲੱਗਣੀਆਂ ਚਾਹੀਦੀਆਂ ਕਿਉਂਕਿ ਪਟਨਾ ਸਾਹਿਬ ਦੇ ਨਾਂ 'ਤੇ ਹੀ ਸੰਗਤਾਂ ਨੇ ਸਾਨੂੰ ਜਿਹੜੀਆਂ ਰਸਤਾਂ ਦਿੱਤੀਆਂ ਸੀਗੀਆਂ। ਸੋ ਇਸ ਕਰਕੇ ਇੱਥੇ ਅਸੀਂ ਆਏ ਅਤੇ ਬਾਬਾ ਜੀ ਭਾਈ ਸਾਹਿਬ ਹੁਣੀ ਇੱਥੇ ਮੌਜੂਦ ਨੇ ਕਿਉਂਕਿ ਪਹਿਲਾਂ ਜੋ ਪ੍ਰੋਗਰਾਮ ਬਣਿਆ ਸੀ ਰਾਜਗੀਰ 550 ਸਾਲਾਂ ਜੋ ਬਣਾਇਆ ਗਿਆ, ਲੰਗਰ ਦਾ ਜੋ ਹੈ ਸੀ ਅਰੇਂਜਮੈਂਟ ਕਰਕੇ ਲਏ ਸੀ ਵੀ ਉੱਥੇ ਵੀ ਲੰਗਰ ਲਾਉਣਾ ਜ਼ਰੂਰ, ਉਸ ਤੋਂ ਬਾਅਦ ਆਪਾਂ ਪਟਨਾ ਸਾਹਿਬ ਲਾਵਾਂਗੇ, ਪਰ ਜੋ ਪਰਮੇਸ਼ੁਰ ਨੂੰ ਮਨਜ਼ੂਰ ਸੀ ਹੋਣਾ ਤਾਂ ਉਹ ਹੀਗਾ। ਸੋ ਇਸ ਕਰਕੇ ਸਾਡੀ ਤਾਂ ਜੋ ਜਿਹੜੀ ਰਜੋਈ ਆ ਸੰਗਤਾਂ ਗਾੜੀ ਗੁਰੂ ਮਹਾਰਾਜ ਦੀਆਂ ਰਹਿਮਤ ਸਦਕਾ ਸਾਰੇ ਕਾਰਜ ਚੱਲਦੇ ਨੇ ਅਤੇ ਅਰਦਾਸ ਕਰੀਏ ਗੁਰੂ ਮਹਾਰਾਜ ਦੇ, ਗੁਰੂ ਮਹਾਰਾਜ ਕਿਤੇ ਦੂਰ ਨਹੀਂ ਹੈਗੇ, ਉਹ ਇੱਥੇ ਹੀ ਇਹਨਾਂ ਸੰਗਤਾਂ ਦੇ ਵਿੱਚ ਹੀ ਉਹ ਵਿਚਰ ਰਹੇ ਨੇ ਕਿਉਂਕਿ ਸਭਵੇਂ ਜੋਤ ਜੋਤ ਹੈ ਸੋਏ ਅਤੇ ਇਸਦੇ ਚਾਨਣ ਸਭਵੇਂ ਚਾਨਣ ਹੋਏ, ਇਹ ਪ੍ਰਥਾ ਚੱਲ ਰਹੀ ਆ ਗੁਰੂ ਨਾਨਕ ਪਾਤਸ਼ਾਹ ਨੇ ਸੰਗਤ ਅਤੇ ਪੰਗਤ ਦੀ। ਸੋ ਇਹ ਤੁਹਾਡੀਆਂ ਦਿੱਤੀਆਂ ਹੋਈਆਂ ਰਸਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇਹ ਸੰਗਤਾਂ ਇਸ ਟਾਈਮ ਜਿਹੜੀਆਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਕਿ ਬਿਹਾਰ ਦੇ ਲੋਕ ਇਹਨਾਂ ਨੂੰ ਪਤਾ ਨਹੀਂ ਵੀ ਗੁਰੂ ਨਾਨਕ ਦੀ ਸਿੱਖੀ ਕੀ ਆ, ਸੇਵਾਵਾਂ ਚੱਲਣ ਦੇ ਨਾਲ ਹੀ ਇਹ ਸੰਗਤਾਂ ਦੇ ਵਿੱਚ ਪ੍ਰਚਲਿਤ ਹੋ ਰਿਹਾ ਹੈ ਵੀ ਗੁਰੂ ਨਾਨਕ ਦੇ ਸਿੱਖ ਇੱਕ ਇਹੋ ਜਿਹੀ ਕੌਮ ਆ, ਦਸਵੇਂ ਪਾਤਸ਼ਾਹ ਦੀ ਜਿਹੜਾ ਸਾਜਿਆ ਪੰਥ ਖਾਲਸਾ ਵਾ ਇੱਕ ਵਿਸ਼ਾਲ ਹਿਰਦੇ ਵਾਲਾ, ਇੱਥੇ ਜਾਤ ਪਾਤ ਦੀ ਕੋਈ ਗੱਲ ਨਹੀਂ ਹੈਗੀ, ਇੱਕ ਪੰਗਤ ਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਲੰਗਰ ਛਕਾਇਆ ਜਾ ਰਿਹਾ। ਜੋ ਸਾਡੇ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਮਾਹੌਲ ਚੱਲ ਰਿਹਾ, ਵੰਡੀਆਂ ਪਾਈਆਂ ਜਾ ਰਹੀਆਂ ਨੇ, ਉਹ ਜਦੋਂ ਪੰਗਤ ਸੰਗਤ ਦੇ ਵਿੱਚ ਸੰਗਤ ਆਣ ਕੇ ਬੈਠਦੀ ਆ ਅਤੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਸ਼ਾਂਤੀ ਮਹਿਸੂਸ ਹੁੰਦੀ ਆ ਵੀ ਨਹੀਂ, ਗੁਰੂ ਨਾਨਕ ਦਾ ਘਰ ਬਹੁਤ ਵੱਡਾ ਘਰ ਵਾ, ਜੇ ਅਸੀਂ ਗੁਰੂ ਨਾਨਕ ਦੇ ਉਪਦੇਸ਼ ਨੂੰ ਅਪਣਾ ਲਈਏ ਅਤੇ ਜੋ ਇਹ ਵੰਡੀਆਂ ਦੀ ਗੱਲ ਚੱਲ ਰਹੀ ਆ ਇਹ ਸਾਰਾ ਕੁਛ ਦੂਰ ਹੋ ਸਕਦਾ। ਆਪਾਂ ਅਰਦਾਸ ਕਰੀਏ ਕਿ ਦਸਵੇਂ ਪਾਤਸ਼ਾਹ ਜੀ ਦਾ 553ਵਾਂ ਸਾਲ ਅਸੀਂ ਮਨਾ ਰਹੇ ਹਾਂ ਅਤੇ ਇਹ ਸਾਡਾ ਮਨਾਇਆ ਤਾਦੀ ਲੇਖੇ ਦੇ ਵਿੱਚ ਆ, ਜੇ ਅਸੀਂ ਗੁਰੂ ਨਾਨਕ ਦੇ ਉਪਦੇਸ਼ ਦੇ ਉੱਤੇ ਪਹਿਰਾ ਦਈਏ, ਜਦੋਂ ਪਹਿਰਾ ਦੇਵਾਂਗੇ ਅਤੇ ਗੁਰੂ ਨਾਨਕ ਪਾਤਸ਼ਾਹ ਸੱਚੇ ਸਾਹਿਬ ਦੇ ਉੱਤੇ ਖੁਸ਼ੀਆਂ ਮਿਹਰਾਂ ਕਰਨਗੇ। ਸੰਗਤ ਜਿਹੜੀ ਆ ਇਹ ਰੱਬ ਦਾ ਰੂਪ ਹੁੰਦੀ ਆ, ਜਿਹੜੀਆਂ ਵੀ ਚੈਨਲ ਰਾਹੀਂ ਸੰਗਤਾਂ ਸੁਣ ਰਹੀਆਂ ਸਾਡੀ ਤਾਂ ਹੱਥ ਜੋੜ ਕੇ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਆ ਕਿ ਅਰਦਾਸ ਕਰੋ ਕਿ ਇਹ ਜੋ ਜਥੇਬੰਦੀ ਆ ਨਿਸਕਾਮ ਸਿੱਖ ਦਾ ਜੂਕੇ ਅਤੇ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਇਹਨਾਂ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ। ਗੁਰੂ ਨਾਨਕ ਪਾਤਸ਼ਾਹ ਗੁਰੂ ਦਸਵੇਂ ਪਾਤਸ਼ਾਹ ਆਪ ਜੀ ਦੇ ਪਵਿੱਤਰ ਅਸਥਾਨਾਂ ਦੀਆਂ ਸਮਾਵਾਂ ਇਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਆਪ ਉਹਨਾਂ ਦੇ ਹਿਰਦਿਆਂ ਦੇ ਉੱਤੇ ਵੱਸ ਕੇ ਲੈਂਦੀਆਂ ਰਹਿਣ ਅਤੇ ਇਸੇ ਤਰ੍ਹਾਂ ਹੀ ਇਹ ਪਿਆਰ ਬਣਿਆ ਰਹੇ। ਬਿਲਕੁਲ ਸੰਗਤ ਜੀ, ਇਹ ਵੱਡੀਆਂ ਗੱਲਾਂ ਨੇ। ਇੱਕ ਗੱਲ ਮੈਂ ਦੱਸਦਾ ਜਾਵਾਂ ਆਪ ਜੀ ਨੂੰ, ਭਾਈ ਸਤਨਾਮ ਸਿੰਘ ਜੀ ਬੜੀ ਤਿਆਗੀ ਬਿਰਤੀ ਅਤੇ ਦਿਲੋਂ ਹੀ ਸੇਵਾ ਵਾਲੇ ਨੇ, ਇਹਨਾਂ ਨੂੰ ਵੀ ਸੇਵਾ ਮਿਲ ਗਈ ਸੀ ਪਰ ਇਹਨਾਂ ਨੇ ਆਪ ਆਪਣੇ ਆਪ ਨੂੰ ਸੇਵਾਦਾਰ ਦੇ ਰੂਪ ਦੇ ਵਿੱਚ ਰੱਖਿਆ, ਨਹੀਂ ਤਾਂ ਆਪਾਂ ਜਾਣਦੇ ਹਾਂ ਕਿ ਜਦੋਂ ਕੋਈ ਮਹਾਂਪੁਰਖ ਇੱਦਾਂ ਖੇਡ ਵਰਤਾ ਜਾਂਦੇ ਨੇ ਤਾਂ ਪਿੱਛੋਂ ਬੜੇ ਦੁਫੇੜੇ ਪੈ ਜਾਂਦੇ ਨੇ, ਪਰ ਮੈਂ ਸਮਝਦਾ ਇਹਨਾਂ ਦੀ ਕਮਾਈ ਹੈ, ਇਹਨਾਂ ਨੇ ਜੋ ਕਰ ਦਿਖਾਇਆ ਇਹ ਵੀ ਮੇਰੇ ਮਨ 'ਚ ਬੜਾ ਸਤਿਕਾਰ ਵਧਿਆ ਇਹਨਾਂ ਦਾ, ਕਿਉਂਕਿ ਮੈਂ ਉਸ ਵੇਲੇ ਉੱਥੇ ਨਹੀਂ ਸੀ ਪਹੁੰਚ ਸਕਿਆ। ਸੋ ਪਹਿਲਾਂ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਸੀ ਮਹਾਰਾਜ ਦੇ ਅੱਗੋਂ ਸੇਵਾ ਚਲਾਉਣ ਦੀ, ਪਰ ਇਹਨਾਂ ਦੀ ਤਿਆਗ ਬਿਰਤੀ ਮਨ ਦਾ, ਇਹ ਸਿਰਫ ਸਾਡੇ ਵਾਂਗੂ ਗੱਲਬਾਤ ਹੀ ਨਹੀਂ ਹੈ, ਇਹਨਾਂ ਦੇ ਜੀਵਨ ਹੈ, ਕਮਾਈ ਵਾਲੇ ਨੇ, ਇਹਨਾਂ ਨੇ ਤਿਆਗ ਕੇ ਕਹਿੰਦੇ ਨਹੀਂ ਇੱਕ ਹੀ ਮੁਖੀ ਹੋਏਗਾ। ਸੋ ਬਾਬਾ ਸੁੱਚਾ ਸਿੰਘ ਜੀ ਉਹ ਉਹਨਾਂ ਦੀ ਸੇਵਾ ਜਿਹੜੀ ਆ ਉਹਦਾਂ ਦੀ ਅਗਵਾਈ ਹੇਠ ਇਹ ਅਗਾਂਹ ਅਗਲੇ ਆਪਣੇ ਆਪ ਨੂੰ ਫਿਰ ਸੇਵਾਦਾਰ ਦੇ ਰੂਪ ਵਿੱਚ ਲੈ ਕੇ ਚੱਲ ਰਹੇ ਨੇ। ਸੋ ਬੜੀ ਲੋੜ ਹੈ ਸਾਨੂੰ ਐਸੇ ਹੀਰਿਆਂ ਦੀ ਵੀ, ਜਿਹਨਾਂ ਜਿਹੜੇ ਗੁਰਬਾਣੀ ਨੂੰ ਕੁਮਾ ਰਹੇ ਨੇ, ਸਿਰਫ ਗੁਰਬਾਣੀ ਦੀ ਗੱਲ ਨਹੀਂ ਕਰ ਰਹੇ, ਕੁਮਾ ਰਹੇ ਨੇ। ਸੋ ਮੈਂ ਇਹ ਜਾਣਕਾਰੀ ਸਾਂਝੀ ਕੀਤੀ ਹੈ, ਸੋ ਮੈਨੂੰ ਮਾਫ਼ ਕਰਿਓ ਬਾਬਾ ਜੀ, ਅਤੇ ਮੈਂ ਆਪ ਜੀ ਨੂੰ ਬਿਨਾਂ ਪੁੱਛਿਆਂ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਸੋ ਆਪਾਂ ਥੋੜ੍ਹੀ ਜਿਹੀ ਝਾਤ ਮਾਰੀਏ ਸੰਗਤ ਜੀ, ਇੱਥੇ ਵੇਖੋ ਕਈਆਂ ਲਹਿਰਾਂ ਬਹਿਰਾਂ ਆਪ ਜੀ ਦੀਆਂ ਜਿਹੜੀਆਂ ਸੇਵਾਵਾਂ ਦੀਆਂ ਚੱਲਦੀਆਂ ਪਈਆਂ ਨੇ, ਮਠਿਆਈਆਂ ਦੇ ਨਾਲ ਭਰੇ ਪਏ ਨੇ ਭੰਡਾਰੇ ਗੁਰੂ ਬਾਜਾਂ ਵਾਲੇ ਦੇ। ਇੱਧਰ ਇਹ ਸੰਗਤ ਜੀ ਬਣ ਬਣ ਕੇ ਮਠਿਆਈਆਂ ਦੇ ਭੰਡਾਰੇ ਲੱਗੀ ਜਾਂਦੇ ਨੇ ਜੀ। ਇਹ ਜੀ ਜਿਹੜੀਆਂ ਮਠਿਆਈਆਂ ਬਣ ਰਹੀਆਂ, ਇਹ ਮਿੱਠੀਆਂ ਬਣ ਰਹੀਆਂ, ਬੇਸਣ ਬਣਿਆ ਹੈ,
ਇਹ ਜਿਹੜੀਆਂ ਸਵੇਰੇ ਅੰਮ੍ਰਿਤ ਵੇਲੇ ਸੰਗਤਾਂ ਆਉਣੀਆਂ ਉਹਨਾਂ ਨੂੰ ਸਾਰੀ ਦਿਹਾੜੀ ਇਹ ਲੰਗਰ ਜਿਹੜਾ ਪ੍ਰਸ਼ਾਦ ਆ ਇਸੇ ਤਰ੍ਹਾਂ ਹੀ ਵਰਤਦਾ ਰਹਿੰਦਾ। ਸੋ ਇਸ ਕਰਕੇ ਕਿਉਂਕਿ ਇਹ ਕਿਸੇ ਇੱਕ ਇਨਸਾਨ ਬੰਦੇ ਦੀ ਗੱਲ ਨਹੀਂ ਹੈਗੀ, ਇਹ ਸਾਧ ਸੂਰੂਪੀ ਗੁਰੂ ਪਿਆਰੀ ਸਾਧ ਸੰਗਤ ਦੇ ਸੰਯੋਗ ਨਾਲ ਹੀ ਸਾਰੇ ਕਾਰਜ ਚੱਲਦੇ ਨੇ। ਸੋ ਇਸ ਕਰਕੇ ਇਹ ਜੋ ਕਾਰਜ ਨੇ ਅਸੀਂ ਕਿੰਨੀ ਕੁ ਵਾਰ ਗੁਰੂ ਦੀਆਂ ਕਿਹੜੀ ਵਡਿਆਈ ਕਰੀਏ ਕਿਹੜੀ ਸਿਫਤ ਕਰੀਏ, ਕਿਉਂਕਿ ਉਹ ਆਪ ਹੀ ਖੇਡ ਵਰਤਾ ਰਹੇ ਨੇ। ਹਾਂਜੀ, ਸੋ ਇਸ ਕਰਕੇ ਸਵਾਮੀ, ਸੋ ਇਸ ਕਰਕੇ ਉਹਨਾਂ ਦੀ ਦਿੱਤੀਆਂ ਹੀ ਸੀਸਾਂ ਸਦਕਾ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪਹਿਲਾਂ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਵਪਾਰ ਕਰਕੇ ਆਓ, ਪਹਿਲਾਂ ਵਣਜ ਜੋੜ ਕੀਤਾ, ਵਪਾਰ ਕੀਤਾ, ਉਹ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਅਤੇ ਇਹ ਲੰਗਰ ਦੀ ਪ੍ਰਥਾ ਜਿਹੜੀ ਆ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਰਾਮਦਾਸ ਜੀ ਨੇ ਗਾਂ ਅੱਗੇ ਤੋਂ ਅੱਗੇ ਤੋਰਦਿਆਂ ਇਹ ਲੰਗਰ ਦੀ ਪ੍ਰਥਾ ਜਿਹੜੀ ਹੈ ਬਾਬੇ ਨਾਨਕ ਨੇ 20 ਰੁਪਈਏ ਖਰਚ ਕੀਤੇ ਸੀ ਅਤੇ ਉਹ 20 ਰੁਪਈਆਂ ਦਾ ਹੀ ਜੋ ਭੰਡਾਰਾ ਅੱਗੇ ਚੱਲ ਰਿਹਾ ਇਹ ਇਸੇ ਤਰ੍ਹਾਂ ਹੀ ਗੁਰੂ ਮਾਲ ਕਿਰਪਾ ਕਰਨ ਨਿਰਵਿਘਨ ਚੱਲਦਾ ਰਹਿਣਾ ਅਤੇ ਚੱਲਦਾ ਆਇਆ, ਕਿਉਂਕਿ ਅਸੀਂ ਮਿਠਾਈਆਂ ਬਣ ਰਹੀਆਂ ਨੇ, ਗੁਲਾਬ ਜਾਮਣ ਤਿਆਰ ਹੋ ਰਹੇ ਨੇ ਜੀ। ਇਹ ਸਭ ਇਹ ਸੰਗਤਾਂ ਜਿਹੜੀਆਂ ਨੇ ਜੀ, ਇਹ ਜਿਹੜੇ ਕਾਰੀਗਰ ਹਲਵਾਈ ਆਏ ਨੇ ਜੀ, ਇਹ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਸਭ ਕੁਛ ਤਿਆਰ ਕਰ ਰਹੇ ਨੇ, ਇਹ ਸਾਰੀਆਂ ਸੰਗਤਾਂ ਪੰਜਾਬ ਤੋਂ ਆਈਆਂ ਜੀ। ਸੋ ਵੇਖੋ ਇਹ ਇਹ ਤਾਨੇ ਦੇ ਨਾਲ ਸੇਵਾ ਕਰਦੇ ਪਏ ਨੇ ਇਹ ਕਾਰੀਗਰ, ਕਿਉਂਕਿ ਹਰ ਚੀਜ਼ ਜਿਹੜੀ ਉਹਦੇ ਵਾਸਤੇ ਟੈਕਨੀਕ ਦੀ ਜ਼ਰੂਰਤ ਹੁੰਦੀ ਹੈ, ਚਾਹੇ ਜਲੇਬੀ ਬਣਾਉਣੀ ਹੈ ਅਤੇ ਚਾਹੇ ਗੁਲਾਬ ਜਾਮਣ ਤਿਆਰ ਕਰਨੇ, ਇੱਧਰ ਮਠਿਆਈਆਂ ਤਿਆਰ ਹੋ ਰਹੀਆਂ ਨੇ ਸਾਰੀਆਂ ਸੰਗਤ ਜੀ। ਸੋ ਕਿੰਨੀਆਂ ਭਾਈ ਸਾਹਿਬ ਆਪ ਜੀ ਨੇ ਦੱਸਿਆ ਸੀ ਕਿੰਨੀਆਂ ਸੰਗਤਾਂ ਸੇਵਾਦਾਰ ਜਿਹੜੇ ਆਏ ਨੇ? ਇਹ ਤਕਰੀਬਨ ਜੀ ਸਾਰੇ ਪੰਜਾਬ ਦੇ ਵਿੱਚੋਂ ਕੁਝ ਅੰਮ੍ਰਿਤਸਰ ਸਾਹਿਬ ਤੋਂ ਇਲਾਕੇ ਦੀਆਂ ਸੰਗਤਾਂ ਨੇ, ਤਰਨ ਤਾਰਨ ਸਾਹਿਬ ਤੋਂ ਨੇ, ਸ਼੍ਰੀ ਅਨੰਦਪੁਰ ਸਾਹਿਬ ਏਰੀਏ ਤੋਂ ਬਹੁਤ ਸੰਗਤਾਂ ਨੇ, ਇਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਸੰਗਤਾਂ ਨੇ, ਫਿਰ ਨਿਸ਼ਕਾਮ ਸਿੰਘ ਜਿੱਥੇ ਯੂਕੇ ਵਾਲੇ ਜਿਹੜੇ ਆਏ ਸਾਰੇ, ਇਹ ਕੋਈ 100 ਸਿੰਘ ਉੱਪਰ ਆਇਆ ਹੋਇਆ ਜਦੋਂ 550 ਸਾਲਾਂ ਸ੍ਰੀ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਮਨਾਇਆ ਗਿਆ, ਉਦੋਂ 700 ਸਿੰਘ ਦਾ ਜਥਾ ਆਇਆ ਸੀ ਅਤੇ ਇੱਥੇ ਹੁਣ ਜਿਹੜਾ ਹੈ 100 ਸਿੰਘ ਦਾ ਜਥਾ ਜਿਹੜਾ ਉਹ ਆਇਆ ਅਤੇ ਇੱਥੇ ਇਸ ਟਾਈਮ ਸਾਡੇ ਕੋਈ 1600-1700 ਸਿੰਘ ਦਾ ਜਥਾ ਜਿਹੜਾ ਉਹ ਸੇਵਾ ਨਿਭਾ ਰਿਹਾ ਜੀ। 1600-1700 ਸਿੰਘਣੀਆਂ ਦੇਖੋ ਸਾਰੇ ਸੇਵਾ 'ਚ ਆਏ ਹੋਏ ਨੇ, ਸਾਰੇ ਸੇਵਾਦਾਰ ਹੀ ਲੱਗੇ ਹੋਏ ਨੇ, ਇੱਧਰ ਵੇਖੋ ਮਾਈਆਂ ਬੀਬੀਆਂ ਭੈਣਾਂ ਸਾਰੇ ਸੇਵਾ 'ਚ ਲੱਗੇ ਹੋਏ ਨੇ। ਸੋ ਇਹ ਪਿੰਨੀਆਂ ਤਿਆਰ ਹੋ ਰਹੀਆਂ ਜੀ। ਸੋ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਇਹ ਪਿੰਨੀਆਂ ਪ੍ਰਸ਼ਾਦ ਵਾਸਤੇ ਤਿਆਰ ਨਹੀਂ ਜੀ, ਸੰਗਤਾਂ ਨੂੰ ਜਿਹੜੀਆਂ ਸੰਗਤਾਂ ਜਾ ਰਹੀਆਂ ਨੇ ਦਰਸ਼ਨ ਕਰਕੇ, ਕੋਈ ਪੰਜਾਬ ਨੂੰ ਵਾਪਸ ਜਾ ਰਹੀਆਂ ਨੇ, ਆਪੋ ਆਪਣੇ ਘਰਾਂ ਨੂੰ ਦੇਸ਼ ਨੂੰ ਜਾ ਰਹੀਆਂ ਨੇ, ਉਹ ਕਹਿੰਦੇ ਆ ਵੀ ਸਾਨੂੰ ਪ੍ਰਸ਼ਾਦ ਚਾਹੀਦਾ, ਉਹਨਾਂ ਨੂੰ ਪ੍ਰਸ਼ਾਦ ਦਿੱਤਾ ਵੀ ਜਾ ਰਿਹਾ, ਪਰ ਇੱਥੇ ਸੰਗਤਾਂ ਨੂੰ ਸਵੇਰੇ ਜਿਹੜਾ ਚਾਹ ਦੇ ਨਾਲ ਛਕਾਈਆਂ ਜਾ ਰਹੀਆਂ ਨੇ, ਵੇਸਣ ਛਕਾਇਆ ਜਾ ਰਿਹਾ, ਮੱਠੀਆਂ ਛਕਾਈਆਂ ਜਾ ਰਹੀਆਂ ਨੇ, ਪਿੰਨੀਆਂ ਛਕਾਈਆਂ ਜਾ ਰਹੀਆਂ ਨੇ, ਇਹ ਕਿਉਂਕਿ ਸਾਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਅਸੀਂ। ਹਾਂਜੀ, ਸੋ ਇਸ ਕਰਕੇ ਜੇ ਅਸੀਂ ਇੱਕ ਪਰਿਵਾਰ ਆਪਣੇ ਬੱਚੇ ਦਾ ਜਨਮਦਿਨ ਮਨਾਉਂਦਾ ਉਹ ਸੋਚਦਾ ਕਿ ਕੋਈ ਕਸਰ ਨਾ ਰਹਿ ਜਾਵੇ, ਜੋ ਮੈਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰ ਬੁਲਾਏ ਆ ਵੀ ਕਿਸੇ ਤਰ੍ਹਾਂ ਦੀ ਕੋਈ ਹੁਣਤਾ ਹੀ ਨਾ ਰਹਿ ਜਾਵੇ, ਅਤੇ ਅਸੀਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਅਤੇ ਸੰਗਤਾਂ ਦੇ ਮਨ 'ਚ ਵੀ ਉਤਸ਼ਾਹ ਕਿ ਜਿਹੜਾ ਗੁਰੂ ਮਹਾਰਾਜ ਦੀ ਧਰਤੀ 'ਤੇ ਨਮਸਕਾਰ ਕਰਨ ਵਾਸਤੇ ਆਇਆ ਉਹ ਬਿਹਾਰ ਦੇ ਵਿੱਚੋਂ ਆਇਆ, ਬਾਹਰ ਦੇ ਸਟੇਟ ਤੋਂ ਆਇਆ, ਲੋਕਲ ਵਾ, ਵੀ ਉਹ ਹਰ ਇੱਕ ਨੂੰ ਇਹ ਜਿਹੜੀ ਚੀਜ਼ ਆ ਇਹ ਮਿਲੇ, ਇਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਛਕਣ ਅਤੇ ਉਹਨਾਂ ਦੇ ਮਨ ਨੂੰ ਤ੍ਰਿਪਤੀ ਮਿਲੇਗੀ ਕਿ ਗੁਰੂ ਨਾਨਕ ਦਾ ਇਹ ਸਿੱਖ ਜਿਹੜੇ ਆ ਉਹ ਕਿਹੋ ਜਿਹੇ ਨੇ, ਕਿਉਂਕਿ ਇਹੋ ਜਿਹੇ ਨੇ, ਕਿਉਂਕਿ ਜੋ ਆਪਾਂ ਪਹਿਲਾਂ ਵੀ ਵਜਨ ਕੀਤਾ ਕਿ ਜੋ ਸੰਸਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਮਹਾਰਾਜ ਨੂੰ ਮੰਨਣ ਵਾਲੇ ਤਾਂ ਬਹੁਤ ਨੇ, ਪਰ ਗੁਰੂ ਨਾਨਕ ਦਾ ਵਜਨ ਮੰਨਣ ਵਾਲੇ ਬਹੁਤ ਘੱਟ ਨੇ, ਵਿਰਲੇ ਨੇ। ਸਾਨੂੰ ਗੁਰੂ ਨਾਨਕ ਦੇ ਮੰਨਣ ਦੇ ਨਾਲ ਨਾਲ ਗੁਰੂ ਦਾ ਵਚਨ ਵੀ ਮੰਨਣਾ ਚਾਹੀਦਾ, ਕਮਾਉਣਾ ਚਾਹੀਦਾ, ਜੇ ਅਸੀਂ ਕਮਾ ਲਵਾਂਗੇ ਤਾਂ ਸਾਨੂੰ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਆ ਹਿਰਦੇ ਵਸਾਏ। ਸੋ ਇਸ ਕਰਕੇ ਇਹ ਬੇਨਤੀ ਹੈ ਸਾਡੀ ਜੋਦੜੀ ਆ ਰਜੋਈ ਆ, ਅਰਦਾਸ ਕਰੀਏ ਗੁਰੂ ਨਾਨਕ ਪਾਤਸ਼ਾਹ ਜਿਹੜਾ ਤੂੰ ਸਾਨੂੰ ਉਪਦੇਸ਼ ਮਿਸ਼ਨ ਦੱਸਿਆ ਸੀ ਉਹ 'ਤੇ ਅਸੀਂ ਚੱਲੀਏ, ਅਸੀਂ ਭਟਕ ਚੁੱਕੇ ਹਾਂ। ਸੋ ਸਾਡੀ ਤਾਂ ਇਹੀ ਬੇਨਤੀ ਆ, ਜੋਦੜੀ ਰਜੋਈ ਆ ਕਿ ਗੁਰੂ ਸਮਰਾਛਾ ਸਾਨੂੰ ਮੰਗਣਾ ਨਹੀਂ ਆਉਂਦਾ, ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ, ਉਹ ਦੇ ਰਿਹਾ, ਉਹਦੇ ਘਰ ਭੰਡਾਰੇ ਭਰੇ ਆ, ਖਜ਼ਾਨੇ ਭਰੇ ਆ, ਸਾਨੂੰ ਲੈਣਾ ਆ ਜਾਵੇ, ਦੇਣ ਵਾਲਾ ਉਹ ਤਿਆਰ ਖੜਾ ਜੀ, ਉਹ
संगत रूपी साध संगत वस के दे रहा जी। सो इस करके साड़ी तो यही निम्रता सहित बेनती आ कि वो अपने कार्य आप ही करवा रहे ने करवाते रहन। सानू गुरु दसवें पातशाह ने गुरु ग्रंथ साहब जी से लड़ लाया, सानू शब्द से लड़ लाया, सानू शब्द ही नाल प्यार करना चाहिए, शब्द की आराधना करनी चाहिए है, गुरु ग्रंथ साहब के उपदेश से चलना चाहिए। जो असी गुरु नानक पातशाह जी के उपदेश गुरु ग्रंथ साहब जी ने मनांगे, उन्होंने दिता हुआ उपदेश गुरबाणी में अपने हिरदे में वसावे, फिर सानू किसी चीज़ की टोट नहीं आएगी। खावो खर्चो रल मिल भाई, टोट ना आवे वध हो जाई, ये उहदे भंडारे वधदे जाणगे। ये सानू ये ताजी ही सोझी पवेगी जे असी गुरु नानक की दिती हुई उपदेश नू अपना लईए। देखो बचन कमावे संतन का सो गुर प्रसादी तरिया। सो इधर वेखो संगत जी, सारे भंडारे बड़े तैयार ने, उधर संगत नाम जपदियां पईआं। भाई सतनाम सिंह जी चाहवांगे आप जी भी साढ़े नाल आओ, नाम जपदियां हुई संगत। वेखो सेवा ते सिमरन दोनों कट्ठे चलते ने, कार सेवा शुरू तो ही ये दो नेम कट्ठे ही चलते ने, सेवा का सिमरन का। सेवा दे सिमरन का जो असी नाम जपांगे परिवार के भी लाइए, चाहे तो गुरु का घर आ, जे असी चा दे नाल प्यार दे नाल सिमरन करके लंगर तैयार करांगे तो अमृत बन जाएगा, सानू तृप्ति मिलेगी, शांति मिलेगी। घर दे विच भी परिवार दे विच जे कोई प्रसादा प्यार नाल किसी नूं छकावे तो वह छकन वाले नूं भी आनंद आउंदा ते छकाउण वाले नूं भी आनंद आ जाता। सो इस करके जिहड़ा लंगर तैयार हो रहा, संगतां बड़े प्यार नाल नाम जपदियां ने, वाहगुरू वाहगुरू करके वरतौंदियां ने, ते सतनाम वाहगुरू दा जाप करके बणाउंदियां ने। सो इहदे नाल ही जिहड़ा वा लंगर रूपी जो लंगर बन रहा है, अमृत रूपी भोजन तैयार, प्रसाद तैयार हो जाता जी। बिल्कुल, इस नूं इत्थे छकदे भी जिहड़े पए ने पैसा जी, अहीं वेख्या इहनूं प्रसाद ही कहिंदे, हमें थोड़ा प्रसाद मिल जाए, प्रसाद मिल जाए जी। सो इस करके यही गुरु गाड़ी अरदास कड़ाए महाराज दे भरे भंडारे, सेवा चलती पई है निरंतर सेवा, इन्हां दी सेवा भी धन आ। देखो सर्दी भी पूरे जोरां ते आ, सेवादार सेवा च भी लगे हुए ने, निरंतर सेवा चलती पई है। संगत जी आओ आप अगे चल के आप जी नूं दर्शन कराने। तो देखो ये माइया बीबिया लगातार सेवा दे विच लगिया हुई ने, तो पंजाब तो आई ने, इंग्लैंड तो आई ने, सारिया संगतां सेवा कर दिया पईआं ने। तो देखो जिहड़ा थोड़ा जोर वाला कारज आ सिंघ विच लगे हुए ने, ते बीबियां भैणां लगियां। भैण जी वाहिगुरू जी का खालसा वाहिगुरू जी की फतेह। सेवावां चल रही ने, इधर भैन जी जुके वाले वाहिगुरु जी का खालसा बड़ा चा है मन जल्दी जल्दी आ जाए। वाहिगुरु ने दी कृपा की सतगुरु ने। हाँ जी हाँ जी हाँ जी। इस बार कि रौनक मेला देखा संगत? हाँ जी हाँ जी, बहुत नाइस है, बहुत वधिया है, सतगुरु की बहुत मेहर है। हाँ जी इदा ही रहन अपने सारे संसार। ਮੌਸਮ ਠੰਡ ਵੀ ਬੜੀ ਆ ਤੇ ਇੱਥੇ ਠੰਡ ਨਹੀਂ ਮਹਿਸੂਸ ਹੁੰਦੀ? ਹਾਂਜੀ ਹੁੰਦੀ ਆ, ਪਰ ਹੁਣ ਅਸੀਂ ਇੱਥੇ ਆਪਣੇ ਜੋਸ਼ ਲੱਗੇ ਆ। ਹਾਂਜੀ ਹਾਂਜੀ ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ। ਬਿਲਕੁਲ, ਸੇਵਾ ਦੇ ਵਿੱਚ ਜਦੋਂ ਇਨਸਾਨ ਲੱਗ ਜਾਂਦਾ ਫਿਰ ਸਰਦੀ ਵੀ ਨਹੀਂ ਮਹਿਸੂਸ ਹੁੰਦੀ, ਕੁਝ ਸਰੀਰ ਦੇ ਵਿੱਚ ਗਰਮਾਹਟ ਆ ਜਾਂਦੀ ਹੈ। ਵੇਖੋ ਭਾਈ ਸਾਹਿਬ ਜਿਹੜਾ ਸੰਗਤਾਂ ਨੂੰ ਪ੍ਰੇਰਦੇ ਨੇ, ਆ ਯੰਗਸਟਰ ਜਿਹੜੇ ਨੇ ਬੱਚੇ ਵੇਖੋ ਇਹ ਵੀ ਸੇਵਾ ਕਰਦੇ ਪਏ ਨੇ, ਇਹ ਸਾਰੇ ਉਹ ਬਰਤਨ ਧੋ ਕੇ ਇੱਧਰੋਂ ਇਕੱਠੇ ਕਰਕੇ ਉੱਪਰ ਲੈ ਜਾ ਰਹੇ ਨੇ। ਇੱਧਰ ਭਾਈ ਸਾਹਿਬ ਹੋਰੀ ਬੈਠੇ ਨੇ, ਅੱਗੇ ਭੈਣ ਜੀ ਹੋਰੀ
सारा बड़े जोर सेवा जो है वो चलती पी है। कहेंगे देखो जो इन के विचार आप संगत साझे करिए मेरी हमेशा कोशिश होंगी है कि बड़ों के नाल तो गल करनी है सो पहला बच्चों के नाल असी गल करांगे सो वाहेगुरु जी का खालसा वाहेगुरु जी की फतेह। खालसा वाहेगुरु जी की फतेह। किवें चल रही जी सेवा? बस बहुत वधिया जी चल रहा जी। आ साडी भैन तो सानू देख के परे चली गई। हाँ जी हाँ जी हाँ जी। सो बड़ा चाह है वैसे संगत के मन च सेवा वास्ते। हाँ जी बड़ा चाह है ताइयो मुड़ आउण जी आनंद करदा। मैं देख रहा जिहड़ी संगत सुल्तानपुर लोधी आई सी उन्होंने बहुत सारे इतने दोबारा आए ने। हाँ जी हाँ जी हाँ जी। तो ये गुरु साहब की मेहर है। मैं समझदा कि संगत का ये मन च चाह है कि हाँ असं जाना है महाराज के पुरब के उपर क्योंकि सारी संगत खुद जो है वो सेवा करके फिर पहुँच रही है। तो आप सेवा के लगे हुए ने। ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦਾ ਆਨੰਦ ਬਣਿਆ ਜੀ ਇੱਥੇ ਸੇਵਾ ਦਾ ਜੀ? ਹਾਂਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਅਸੀਂ ਦੱਸ ਨਹੀਂ ਸਕਦੇ ਕਿੰਨਾ ਮਾਹੌਲ ਇੱਥੇ ਅੱਛਾ ਹੈ। ਸਾਡੇ ਦੇ ਬਾਬਾ ਜੀ ਨੇ ਕਿਰਪਾ ਕਰਕੇ ਸਾਨੂੰ ਮਹਾਰਾਜ ਦੇ ਗੁਰਪੁਰਬ ਮਨਾਉਣ ਦਾ ਅਵਸਰ ਬਖਸ਼ਿਆ ਹੈ ਜੀ। ਮਾਲਕ ਸਾਰਿਆਂ ਨੂੰ ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਸਾਡੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸਾਰੇ ਹੀ ਬੜੇ ਚਾਅ ਦੇ ਨਾਲ ਭੈਣਾਂ ਸੇਵਾ 'ਚ ਲੱਗੀਆਂ ਹੋਈਆਂ ਨੇ। ਸੋ ਲੰਗਰ ਦੇ ਵਿੱਚ ਹੀ ਕੌਫੀ ਦਾ ਅਤੇ ਚਾਹ ਦਾ ਵੱਖਰਾ ਵੱਖਰਾ ਸਟਾਲ ਲੱਗਿਆ ਹੋਇਆ। ਇੱਧਰ ਕੌਫੀ ਚੱਲਦੀ ਪਈ ਹੈ। ਇਹ ਕੌਫੀ ਦੇ ਵਾਸਤੇ ਇੱਧਰ ਕਤਾਰਾਂ ਲੱਗੀਆਂ ਨੇ। ਦੇਖੋ ਗਰਮਾ ਗਰਮ ਕੌਫੀ ਜਿਹੜੀ ਹੈ ਉਹ ਤਿਆਰ ਕੀਤੀ ਹੋਈ ਹੈ ਅਤੇ ਸੰਗਤਾਂ ਛੱਕਦੀਆਂ ਪਈਆਂ ਨੇ। ਕਹਾਂ ਸੇ ਆਏ ਆਪ? हम मालसलामी से यहीं पटना से। कैसा लगता है जब इधर लंगर में आते हो, कैसा महसूस करते हो? बहुत अच्छा बहुत अच्छा मजा था। तो बिल्कुल बहुत बढ़िया लगता है इन्हें। आप कहाँ से आए? मैं पूर्वी नंदगोला घाट किनारे से। अच्छा तो हर बार हर साल आते हैं लंगर में? जी जी हाँ हाँ। कैसा लगता है लंगर? बहुत अच्छा लगता है। तो ये सारे सेवादार देखो जी, सारे सेवादार से एक सांझी फतेह बुला दो जी। वाहेगुरु खालसा वाहेगुरु की फतेह। दिन रात सेवा च लगे। सो ये तन मन धन दे नाल सेवा चलती पई। वेखो ये सारे सेवादार सिंह लगे हुए ने, 24 घंटे सेवा चलती पई है। तो ये साडे ये गिलास वंडदे पए ने बजुर्ग। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। अपना ही राणिया ते बाडो तो आए हाँ कक्कड़। हाँ जी सेवा ना बहुत चलन रही बाबा जी। बहुत बहुत महाराज की मेहर के नाल सेवा चलती पई है। तो ये देखो सारे छोटे छोटे बच्चे सब लंगर छकना। कहाँ से आए हो? हम पंजाब से आए हैं। पंजाब से। कैसा लगा बिहार? बहुत अच्छा। पहले जो कहते थे, पहले कहते थे बिहार बहुत बड़ा लाम है। अब कैसा लगा? बहुत अच्छा है बिहार। अच्छा लगा ना? बड़ा प्यार दिया। अरे इस जगह के धन्यवाद है कि जो जहाँ ये गुरु गोविंद सिंह जी का जन्म स्थान है। हम लोग बहुत अच्छे आदमी है, लेकिन किसी लोगों ने बदलाव कर देता है तो आप बदलाव हो जाते हो। बिल्कुल, वो जो पिछली बात थी ना वो धुल चुकी है अब, है ना? 350 पे धुल गई, है ना? बिल्कुल एकदम हम और आप दोनों एक है। एक हो गए, एक हो गए। आपके अंदर बहुत प्यार है। अब आपका भी जो सेवा है ना बहुत बढ़िया सेवा रहता है। सोचते हैं कि साल में दो बार हो जी, इतना बढ़िया लगता है। इतना कुछ हद नहीं है, इतना व्यवस्था करके आते हो आप लोग, ऐसा धन धन हो जाता है। ठीक। तो बच्चे कैसे महसूस करते हैं? आपको कैसा लगता है यहाँ पे आके? बहुत अच्छा लगता है। हम एनसीसी ड्यूटी भी करते हैं यहाँ पे। अच्छा। हाँ बहुत अच्छा लगता है हमको। एनसीसी में भी है, ड्यूटी भी करती है। तो ड्यूटी भी करते हो, फिर तो आप बहुत क्लोज से देखते होंगे। कैसे? हाँ, बहुत क्लोज से देखते हैं, हर कुछ देखते, अच्छे से महसूस भी करते हैं। तो बिल्कुल आपकी बात हमें बहुत अच्छी लगी।
राजगीर में हम गए, वहाँ पे भी लोगों ने बहुत प्यार दिया हमें। सो बिहार वाले बहुत प्यार दे रहे हैं, इसमें कोई शक नहीं है। सारे सेवादार जड़े ने बड़े प्यार दे नाल लगे हुए ने। देखो सारे लंगर छकन वास्ते को कॉफ़ी वास्ते आया। सर आप कहाँ से आ रहे हैं? पटना से हैं या बाहर से? फतुहा से। पटना से? फतुहा। फतुहा। अच्छा, तो कैसा लगता है प्रकाश पर्व? ठीक है, अच्छा सर। सो बिल्कुल महाराज दी मेहर दे नाल सत्य नाम वाए गुरु, 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 सत्य नाम वाहे गुरु, सत्य नाम वाहे गुरु, सत्य नाम वाहे गुरु। भाई गुरु की खालसा, भाई गुरु की फतेह, हलवा पूरी बटे। हाँ, सत्य नाम भाई गुरु, गुरु गोविंद सिंह जी महाराज की जय हो, गुरु नानक जी की जय हो। सत्य नाम भाई गुरु, गुरु गोविंद सिंह जी महाराज की जय हो, गुरु नानक जी की जय हो। जय जय, नया साल का मुबारक हो, सबको मनोकामना पूरा कीजिए। सत्य नाम भाई गुरु जी। वाह जी वाह, वाह जी वाह। सो देखो महाराज दी मेहर, रंग लागत 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 है, भाव भागत 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 है। सो आप देख सकते हैं, वेखो किड्डे वड्डे आकार दे विच जिते हाल बने, उत्थे किड्डे वड्डे आकार दे सरूप दसम पातशाह जी दे, बड़े सोहने सजाए हुए ने। गुरु नानक साहब जी दे वड्डे सरूप, गुरु गोबिंद सिंह जी दे वड्डे सरूप लगाए हुए ने। सो बड़ी रहमत दी लीला इत्थे चलदी पई है। सो हर पासे चहल पहल है, संगतां आ रही ने, लंगर छक रही, लंगर छका रही ने। सो बड़े प्यार दे नाल सेवा चल रही है। तो साढ़े वीर जी बड़े प्यारे ने, साड़ी सारे दी फोटो खिंचते हैं, अज असी इन्हां दी फोटो खिंचनी। वाहिगुरु जी का खालसा, वाहिगुरु जी की फतेह। बहुत बहुत धन्यवाद जी, असी कुछ कहण जोगे नहीं है, इस करके असी कुछ कह नहीं सकते। किवें दा महसूस की कर, की दिल की धड़क रहा इस वेले? बहुत अच्छा लग रहा है, ते जो माहौल है महाराज जानते हैं, गुरु की कृपा नाल सारा कुछ हो रहा है। 550 साल है निरंतर चली जा रहा, निरंतर ही गुरु कलगीधर पातशाह रहमत ने। संगत जी आखो उधरों उठती है पंगत, अगली सज जाती है, अगली उठती, अगली सज जाती है। तो मारे मारे दे बेंत अखुट भंडारे, हावो खर्चो रल मिल पाई, तोट ना आवे वध दो जाई, वध दो जाई। सो इत्थे प्रतक संगत जी आप नज़ारे, ये सारा हाल ही वेखो एवें रोटेशन से चलता पाया सारा हाल। बड़ी सतगुर सच्चे पातशाह जी की मेहर रहमत दे नाल सेवादार भी निरंतर सेवा करी जा रहे ने, थकते ही नहीं पे। ऐसी महाराज की रहमत, आप शहीद सिंह पता नहीं की खुशियां मिल रही ने इन्हों, ये थकते ही नहीं पे, सेवा करी जा रहे ने, करी जा रहे ने, करी जा रहे ने, करी जा रहे ने। 24 घंटे सेवा चली जा रही है जी। देखो असी काफ़ी घंटे बाद फिर इधर आए हैं, फिर सारे सेवादार उवें ही सेवा च लगे हुए हैं। तो ये गुरु साहब जी दी प्रतख रहमत ने, ये प्रतख रहमत वेखो वरत रही ने, लगातार वरत रही ने, संगत आई जा रही ने, प्रशादा पानी छकी जा रही ने, बाबे दे भंडारे भी अखुट ने, इत्थे भी सेवादार भी अखुट ही सेवा करी जा रहे ने। ना कोई थकदा पिया, ना कोई अकदा पिया,
सब दे मना च चाह ही है, चाह ही है। सो सेवा करी जा रहे ने, सेवा करी जा रहे ने, बड़े प्यार दे नाल सेवा चलती पई है, बड़ी रहमत दे नाल सेवा चलती पई है। ये नौजवान वेखो सेवा दे विच आए होए ने, हर पासे गुरु दियां रहमतां प्रतख। आपां इस वक्त नज़ारा आपां माणदे पए हां संगत जी, जिधर नूं भी आपां चल फिरांगे इस वेले संगतां दा एक भारी उत्साह, भारी उत्साह इकट्ठ, एक सेवा भावना सानू इत्थे प्रतख नज़र आएगी। इस पासे इधर लंगर प्रसादे तैयार हो रहे सी, हुणे आपां आप संगतां दे नाल सांझ कीती आ, ते अगले पासे जाके जिधर प्रसादे पकदे पए ने उधर दे भी आप जी नूं दर्शन करवाउने आ जी। हाँ जी, ये भैन जी बहुत अच्छा बोलदे आ, वाहिगुरु जी का खालसा वाहिगुरु जी की फतह। हाँ जी, महाराज ने फिर लाया आंदा सेवा वास्ते। हाँ जी महाराज जी, इन्नी कृपा होई महाराज ने फिर बुलाया 353 वे गुरपुरब ते, महाराज जी इन्नी कृपा, बाबा जी दी सीसा ना असी वापस आए सेवा कर रहे, बहुत आनंद आ रहा, सारिया नू लख लख बधाई गुरपुरब दी। ठंड नहीं लगती पई, काफी ठंड है इत्थे? नहीं, गुरु महाराज जी कृपा इन्नी निघी गोद आ, कोई ठंड नहीं लगती इत्थे, कोई ठंड नहीं लगती। बिल्कुल, जदों गुरु की गोद नसीब हो जाए फिर सर्दी नहीं लगती, अच्छी नहीं लगती, साढ़े बाबा जी इनिया सीसा ठंड बिल्कुल नहीं लगती। तो प्रैक्टिकल है ना, ये जिवें आपां कीर्तन करते गुरबाणी पढ़ते हो, थ्योरी है, प्रैक्टिकल हो रहा है। हाँ जी, फिर सेवा भी होंगी, सिमरन भी होंगे, फिर दोनों नाल नाल चल रहे हैं। हाँ जी, सारे जरूर आओ इतने पटना, बहुत इन्नी कृपा महाराज, जरूर पटना आओ। इन्ने हम दो गदवाणा की स्थापना हुई राजगीर नाले कंगन घाट, जरूर दर्शन करो सारे। तो जरूर सारे संगत आए, तो देखो सारिया संगत बड़े प्यार दे नाल सेवा कर दी पई हैं। भैन जी भी बड़े लंबे अरसे तो लगे ने। हाँ जी, वाहेगुरु जी का खालसा, तुसीं भी कोई बचन साझा कर दे जी संगत दा। महाराज के दसवें पातशाह के जन्म की लख लख बधाई, बाबा जी का थैंक यू जो सू लैके आए सेवा करने वास्ते। बिल्कुल, देखो किन्ने जोर की हले भी सेवा चलती पी है, उधर बर्तन आई जा रहे हैं, इतने गर्म पानी से धो के सर्फ के बेच, तो निरंतर अगे दे अगे सेवा चली जा रही है, सेवा चली जा रही है। तो भैन जी बड़े बड़ी देर दे सेवा च लगे ने। वाहेगुरु जी का खालसा, वाहेगुरु जी की फतेह। महाराज गुरु नानक देव जी 510 साल, बहुत बहुत बधाई होवे संतां नूं। गुरु गोबिंद सिंह जी 553 साल के जन्म, बहुत बहुत बधाई होवे सारे संतां नूं। तो असीं बहुत खुश नसीब आ जिहड़े सानूं महापुरख इत्थे लेके आउंदे आ, सानूं बहुत आनंद आउंदा सेवा करन दा। इस कहने सू होर भी उस महाराज कृपा करे, जब असं फिर आइए फिर इतने ही सेवा करिए। वाहगुरु जी का खालसा, वाहगुरु जी। देखो सफला करते पे, अपना जीवन सफला करते पे ने, हाथ नाल भी सेवा, हाथों नाल सेवा कर रहे हो भैन जी हुरी, सारे बड़े प्यार दे नाल सेवा दे विच लगे हुए ने। वेखो क्योंकि हजारा संगतों को प्रशादा छकाना लगातार बड़ी वड्डी सेवा होंदी है। सो ये सेवा दे विच सारे भैन भरा जिहड़े ने सब लगे हुए ने। इधर वेखो ये पंजाब तो भी संगत आई हैं। हाँ जी, वाहेगुरु जी का खालसा, वाहेगुरु जी। कितों आया जी जथा? हाँ जी, असी बाबा भलवान जी उन्हां दे सेवादार आनंदपुर साहब नौरे तो। हाँ जी, किदां सेवा चल रही है? सेवा बहुत वधिया चल रही है, पर असी बाबा जी नूं बहुत मिस कर रहे हैं। सारे करदे पए आ जी, सब नूं लग रहा कि बाबा जी एकदम एक एक बरसा गए। सानूं बाबा जी अपने बच्चों तो भी वध के प्यार करते सी, पर सेवा कर रहे हैं, पर साडा मन बहुत बाबा जी नूं मिस कर रहा इस टाइम, पर बहुत आनंद आ, बहुत संगत लंगर छक रही आ, बहुत खुशी हो रही आ। असी बाबा जी का यही सी कि असी हर एक की सेवा करिए, गरीबां की सेवा करिए, पर बाबा जी ने अपने हत्थी सारी संगत तोरी सी, इस करके फिर सारे बाबा जी का वचन मानते हुए इत्थे आए हैं। पर आए जरूर हैं, पर मन बहुत दर्द हुआ इस टाइम, असी बाबा जी ने बहुत मिस कर रहे हैं। और गुरु साहब सब ते कृपा करे, सब नु सेवा नाल जोड़े। वाहे खालसा, वाहे गुरु जी। तो बिल्कुल बाबा जी दे प्यार नु संगत मिस करती पई है,
हर महापुरख का एक अपना वखरा अंदाज होंदा है। सो बाबा हरभजन सिंह जी पहलवान जी वो सब नू प्यार करते, सब नू नाल लैके चलते सन, छोटे वड्डे सब दा सत्कार करते सन। सो ये संगतां आईयां जरूर सेवा भी कर रही हैं, पर बाबा जी नू अज बाबा हरभजन सिंह पहलवान जी नू मन दे विच मिस भी करती पईआं। वाहिगुरु जी का खालसा वाहिगुरु जी की फतेह। की नाम है बेटा तेरा? ना दस दो। हां ना दस दो। एक नूर सिंह। एक नूर सिंह, वाह जी वाह, साडे प्रोग्राम दा नाम है एक नूर जी। हैं ये तो साडे प्रोग्राम दे नाम वाला सिंह है जी। वेखो छोटा जिहा बच्चा आया, कित्थों आई है जी संगतां? अमृतसर जिले चो जी। वाहिगुरु जी की फतेह। अमृत दी वर्खा हो रही है। वाहिगुरु सेवा दा नूर है। जे कोई सेवा करदा है गुरु दे प्यार दे विच, सेवा करदा है नज़ारा है वह वेखो। हैं चौबी चौबी घंटे सेवा चली जा रही। वेखो उपर कुछ नहीं, छत भी नहीं आ गई संगत जी, इतने जिथे संगत बैठी है। वेखो कहड़े दिन चलते पे ने, ठंड के दिन ने पूरे। हैं पोह का महीना, छत कुत्ते है नहीं, गंगा जी के तट पर बैठे हुए हैं। आ भैन जी मेरे आ गए ने, वाहगुरु जी का खालसा वाहगुरु जी की फतेह। सो भैन जी वेखो ਕਿਹਾ ਨਜ਼ਾਰਾ ਹੈ, ਉੱਪਰ ਛੱਤ ਵੀ ਨਹੀਂ ਹੈਗੀ। ਆ ਭੈਣਾਂ ਵੇਖੋ ਛੋਟੇ ਛੋਟੇ ਬੱਚਿਆਂ ਨੂੰ ਵੀ ਲੈ ਕੇ ਸੇਵਾ 'ਚ ਜਾਵੇ। ਸੰਤ ਠੰਡ ਵੀ ਨਹੀਂ, ਸੰਤ ਠੰਡ ਵੀ ਨਹੀਂ ਲੱਗੀ, ਇੱਥੇ ਲੱਗੀ ਰਹੀ ਹੈ ਸੇਵਾ ਕਰਦਿਆਂ ਨੂੰ। ਨਹੀਂ ਨਹੀਂ, ਗੁਰੂ ਦੀ ਕਿਰਪਾ ਹੀ ਹੈ, ਗੁਰੂ ਦੀ ਕਿਰਪਾ ਹੈ, ਸਾਰੇ ਸਾਰੀ ਸੰਗਤ ਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਲੱਖ ਲੱਖ ਵਧਾਈਆਂ ਸੱਚਮੁੱਚ। ਵੇਖੋ ਕਿੱਡੀਆਂ ਮਿਹਰਾਂ ਰਹਿਮਤਾਂ ਮਹਾਰਾਜ ਦੀਆਂ ਵਰਤਦੀਆਂ ਪਈਆਂ ਨੇ। ਅਸੀਂ ਦਰਿਆ ਦੇ ਕੰਢੇ 'ਤੇ ਬੈਠੇ ਹਾਂ, ਉੱਪਰ ਛੱਤ ਨਹੀਂ ਹੈਗੀ, ਪਰ ਸਾਨੂੰ ਠੰਡ ਨਹੀਂ ਲੱਗਦੀ ਪਈ, ਠੰਡ ਨਹੀਂ ਲੱਗਦੀ ਪਈ। ਆ ਛੋਟੇ ਛੋਟੇ ਬੱਚੇ ਵੇਖੋ, ਸੋਗਾ ਨਹੀਂ ਸੇਵਾ ਕਰਦੇ ਉਦੋਂ ਠੰਡ ਲੱਗਦੀ ਹੈ, ਜਿਸ ਇੱਥੇ ਸੇਵਾ ਕਰੇ ਫਿਰ ਠੰਡ ਨਹੀਂ ਲੱਗੀ ਸਾਨੂੰ। ਕੋਈ ਵੀ ਰਾਜ, ਭੈਣ ਜੀ ਨੇ ਰਾਜ ਦੱਸਿਆ ਵੀ ਜਦੋਂ ਸੇਵਾ ਨਹੀਂ ਕਰੀਦੀ ਫਿਰ ਠੰਡ ਲੱਗਦੀ ਆ, ਜਦੋਂ ਸੇਵਾ ਕਰੀਦੀ ਫਿਰ ਨਹੀਂ ਲੱਗਦੀ। ਹਾਂਜੀ ਕੋਈ ਠੰਡ ਨਹੀਂ ਲੱਗਦੀ ਜੀ, ਮੈਂ ਕੋਈ ਨਹੀਂ ਠੰਡ ਲੱਗਦੀ। ਹਾਂਜੀ ਠੰਡ ਲੱਗਦੀ ਨਹੀਂ ਗੀ, ਸਾਡੇ ਅੰਦਰ ਨਾਮ ਵਸਿਆ ਮਾਤਾ ਜੀ, ਉਹਨੂੰ ਕਿਤੇ ਠੰਡ ਲੱਗਦੀ, ਠੰਡ ਨਹੀਂ ਲੱਗਦੀ। ਪਿਆਰ ਦੇ ਨਾਲ ਸਾਰੇ ਬੱਚੇ ਛੋਟੇ ਵੱਡੇ ਬੈਠੇ ਹੋਏ ਨੇ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ। ਸੋ ਇੱਧਰ ਸਿੰਘ ਵੀ ਸੇਵਾ ਚ ਲੱਗੇ ਨੇ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਨਗਰ ਤੋਂ ਆਈਆਂ ਜੀ ਸੰਗਤਾਂ? ਅਸੀਂ ਜੀ ਅੰਮ੍ਰਿਤਸਰ ਤੋਂ ਏਅਰਪੋਰਟ ਦੀ ਬੈਕ ਸਾਈਡ ਤੋਂ ਆਇਆ, ਸਾਡਾ ਪਿੰਡ ਰਾਲਾ ਸਹੀਦੂਪੁਰਾ। ਅੱਛਾ ਅੱਛਾ, ਸਾਰਾ ਪਿੰਡ ਜਥਾ ਆਇਆ ਸੰਗਤ ਲੈ ਕੇ? ਦੋ ਪਿੰਡਾਂ ਚੋਂ ਆਈ ਦਾ ਜੀ। ਅੱਛਾ ਜੀ, ਅੱਗੇ ਬਾਬਿਆਂ ਦੇ ਨਾਲ ਅੱਠੀ ਦਿਨੀ, ਅੱਠੀ ਦਿਨੀ ਸੇਵਾ ਆਓ ਰੱਖੇ, ਉੱਥੇ ਜਾਈਦਾ ਸੁਲਤਾਨਪੁਰ ਲੋਧੀ, ਪਰ ਹੁਣ ਇੱਥੇ ਗਾਂਹ ਲਏ। ਠੀਕ ਠੀਕ ਜੀ, ਅੱਜ ਸਾਨੂੰ ਹੋ ਗਏ 11-12 ਦਿਨ ਆਇਆ ਨੂੰ। ਵਾਹਿਗੁਰੂ, ਚਲੋ ਧੰਨੋ ਜੀ, ਗੁਰੂ ਕਲਗੀਧਰ ਪਾਤਸ਼ਾਹ ਦੀ ਸੇਵਾ ਮਿਲੀ ਹੋਈ ਆ। ਵੇਖੋ ਆ ਸਾਰੇ ਬੱਚੇ ਵੀ ਲੱਗੇ ਹੋਏ ਨੇ। ਵੇਖੋ ਛੁੱਟੀਆਂ, ਛੁੱਟੀਆਂ ਤਾਂ ਸਾਰਿਆਂ ਨੂੰ ਨੇ, ਸਾਰੇ ਬੱਚਿਆਂ ਨੂੰ ਛੁੱਟੀਆਂ ਨੇ ਅੱਜ ਕੱਲ੍ਹ, ਪਰ ਇਹੋ ਜਿਹੇ ਬੱਚੇ ਕੋਈ ਕੋਈ ਹੈ ਨਾ। ਦੇਖੋ ਸੇਵਾ ਕਰਦੇ ਪਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਬੇਟਾ ਤੇਰਾ? ਨਵਨੀਤ ਕੌਰ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਥਰਡ। ਥਰਡ 'ਚ। ਤੁਹਾਡਾ ਕੀ ਨਾਮ ਹੈ? ਗੁਰੂ ਅਸੀਸ ਕੌਰ। ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ? 8th 'ਚ। 8th 'ਚ ਤੇ ਤੁਸੀਂ ਪੈਣਾ ਪੈਣਾ? ਹਾਂਜੀ। ਤੇ ਸੇਵਾ ਵਾਸਤੇ ਆਏ ਸੀ? ਹਾਂਜੀ। ਕੌਣ ਕੌਣ ਨਾਲ ਆਇਆ? ਸਾਡੇ ਦਾਦੀ ਜੀ, ਦਾਦਾ ਜੀ, ਪਾਪਾ, ਮੰਮਾ ਸਾਰੇ ਨਾਲ। ਸਾਰੇ ਆਏ? ਹਾਂਜੀ। ਤੇ ਫਿਰ ਤਾਂ ਬੜੇ ਬਲੈਸਡ ਹੋ ਤੁਸੀਂ ਨਾ। ਹਾਂਜੀ। ਤੁਹਾਨੂੰ ਇੰਨੇ ਅੱਛੇ ਪਰਿਵਾਰ ਮਿਲਿਆ ਜਿਹੜਾ ਤੁਹਾਨੂੰ ਸੇਵਾ 'ਚ ਲੈ ਕੇ ਆ ਰਿਹਾ ਨਾ। ਸੋ ਕਿਵੇਂ ਦਾ ਲੱਗ ਰਿਹਾ ਸੇਵਾ ਕਰਕੇ? ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਲੱਗ ਰਿਹਾ। ਤੁਸੀਂ ਇੱਥੇ ਆਏ ਹੋ ਪਟਨਾ ਸਾਹਿਬ ਧਰਤੀ 'ਤੇ ਆਏ ਹੋਏ ਹੋ, ਸਾਡੇ ਹੋਰ ਕਈ ਕਲਾਸਮੇਟਸ ਹੋਰ ਜਿਹੜੇ ਸਹੇਲੀਆਂ ਹੋਣਗੀਆਂ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਿਆ। ਹਾਂਜੀ ਹਾਂਜੀ, ਤੁਹਾਨੂੰ ਮੌਕਾ ਮਿਲਿਆ। ਹਾਂਜੀ, ਇਸ ਫਿਰ ਤੁਹਾਨੂੰ, ਤੁਸੀਂ ਸਪੈਸ਼ਲ ਬੱਚੇ ਹੋ। ਹਾਂਜੀ, ਸੋ ਬਿਲਕੁਲ ਐਸੇ ਸਪੈਸ਼ਲ ਬੱਚੇ ਆ। ਵੇਖੋ ਛੋਟੇ ਛੋਟੇ ਬੱਚੇ ਹੈ, ਇਹ ਵੀ ਸੇਵਾ ਦੇ ਵਿੱਚ ਲੱਗੇ ਹੋਏ ਨੇ।
ਇੱਧਰ ਮਾਈਆਂ ਬੀਬੀਆਂ ਭੈਣਾਂ ਸਭ ਸੇਵਾ 'ਚ ਲੱਗੀਆਂ ਹੋਈਆਂ ਨੇ। ਸੋ ਗੁਰੂ ਕਲਗੀਧਰ ਪਾਤਸ਼ਾਹ ਦੀ ਰਹਿਮਤ ਸੰਗਤ ਜੀ, ਵੇਖੋ ਸੱਚੇ ਪਾਤਸ਼ਾਹ ਦੀ ਮੇਰ ਰਹਿਮਤ ਦੇ ਨਾਲ ਇਹ ਨਿਰੰਤਰ ਸੇਵਾ ਚੱਲਦੀ ਪਈ ਆ, ਨਿਰੰਤਰ ਸੇਵਾ ਚੱਲਦੀ ਪਈ ਆ 24 ਘੰਟੇ ਹੀ, ਕਿਉਂਕਿ ਲੰਗਰ ਛਕਣ ਵਾਲੇ ਜਿੱਥੇ ਆਈ ਜਾਣਗੇ, ਲੰਗਰ ਛਕਾਉਣ ਵਾਲਿਆਂ ਦੀ ਡਿਊਟੀ ਨਿਰੰਤਰ ਹੀ ਚੱਲੀ ਜਾਣੀ ਆ। ਇੱਧਰ ਵੇਖੋ ਸੰਗਤ ਜੀ, ਪ੍ਰਸ਼ਾਦੇ ਪਕਾਉਣ ਵਾਸਤੇ ਸਤਨਾਮ ਵਾਹਿਗੁਰੂ ਦਾ ਮਿੱਠੀ ਜੀ ਧੁੰਦ ਦੇ ਵਿੱਚ ਨਾਲੇ ਨਾਮ ਜਪਿਆ ਜਾ ਰਿਹਾ, ਇੱਧਰ ਪ੍ਰਸ਼ਾਦੇ ਵੇਲੇ ਜਾ ਰਹੇ ਨੇ। ਸੋ ਇੰਨੇ ਪਿਆਰ ਦੇ ਨਾਲ ਨਾਮ ਜਪ ਕੇ ਪ੍ਰਸ਼ਾਦਾ ਜਿਹੜਾ ਤਿਆਰ ਹੋਏਗਾ ਉਹ ਤਾਂ ਆਪੇ ਅੰਮ੍ਰਿਤ ਬਣ ਜਾਣਾ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿੱਥੋਂ ਆਈਆਂ ਸੰਗਤ ਵਾਹਿਗੁਰੂ? ਤੁਸੀਂ ਬੋਲੋ ਰਾਣੀ। ਲੁਧਿਆਣੇ ਤੋਂ। ਹਾਂਜੀ, ਲੁਧਿਆਣੇ ਜ਼ਿਲ੍ਹੇ ਤੋਂ। ਅੱਛਾ ਜੀ, ਤੇ ਕਿਵੇਂ ਸੇਵਾ ਚੱਲਦੀ ਪਈ? ਕੀ ਨਾਮ? ਬਹੁਤ ਵਧੀਆ, ਬਹੁਤ ਵਧੀਆ, ਬਹੁਤ ਕਿਰਪਾ ਮਾਲਕ ਦੀ। ਹਾਂਜੀ ਹਾਂਜੀ, ਆਨੰਦ ਵਰਸ ਰਿਹਾ ਵੇ। ਹਾਂਜੀ ਹਾਂਜੀ, ਬਹੁਤ ਵਧੀਆ। ਕਰ ਪਾਸ਼ਾ ਦੀਆਂ ਰਮੇਰਾ ਰਹਿਮਤਾਂ ਇਸ ਵਕਤ ਇਸ ਧਰਤੀ ਤੇ ਵਰਤ ਰਹੀਆਂ ਸੰਗਤ ਜੀ। ਆ ਵੇਖੋ, ਲੋ ਲੰਗਰ ਤਪਦੇ ਰਹਿਣ, ਸਿੰਘ ਗੁਰੂ ਕੇ ਛਕਦੇ ਰਹਿਣ, ਸਾਡੇ ਪੁਰਾਣੇ ਬੋਲੇ। ਇਹ ਲੋ ਲੰਗਰ ਤੇ ਪ੍ਰਸ਼ਾਦੇ ਤਪਦੇ ਪਏ ਨੇ। ਸੋ ਸਾਡੀਆਂ ਬੱਚੀਆਂ ਭੈਣਾਂ ਇਹ ਸੇਵਾ ਕਰਦੀਆਂ ਪਈਆਂ ਨੇ। ਸੋ ਬੜਾ ਸਾਡਾ ਅਮੀਰ ਵਿਰਸਾ ਹੈ। ਯੂਕੇ ਵਾਲੇ ਬੱਚੇ ਜਿਹੜੇ ਮੈਨੂੰ ਦੇਖ ਕੇ ਡਰ ਜਾਂਦੇ ਨੇ, ਇੱਦਾਂ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਵੇਂ ਕਿਉਂ ਹੁੰਦਾ? ਅਸੀਂ ਲਾਈਕ ਨਹੀਂ ਕਰਦੇ ਇੰਟਰਵਿਊ ਕਰਨ। ਨਹੀਂ, ਕੋਈ ਗੁਰੂ ਦੀ ਗੱਲ ਕਰਨੀ ਅੱਛੀ ਹੁੰਦੀ ਹੈ। ਗੱਲ ਤਾਂ ਆਪਾਂ ਗੁਰੂ ਦੀ ਕਰਦੇ ਹਾਂ ਨਾ, ਤੇ ਗੁਰੂ ਸਾਹਿਬ ਨੇ ਤੁਹਾਡੇ ਤੇ ਮਿਹਰ ਕੀਤੀ ਹੈ। ਵੇਖੋ ਤੁਸੀਂ ਇੱਥੇ ਆਏ ਹੋ ਪਟਨਾ ਸਾਹਿਬ 'ਚ ਆ ਕੇ ਸੇਵਾ ਕਰਦੇ ਪਏ ਹੋ, ਕਿਵੇਂ ਦਾ ਲੱਗ ਰਿਹਾ? ਬਹੁਤ ਚੰਗਾ, ਬਹੁਤ ਕਿਰਪਾ ਹੋਈ ਮਹਾਰਾਜ ਦੀ, ਸਾਨੂੰ ਇੱਥੇ ਲੈ ਕੇ ਆਏ ਨੇ ਅਤੇ ਸਾਰੀ ਸੰਗਤਾਂ ਦੇ ਨਾਲ ਸੇਵਾ ਕਰਨੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਆ। ਹਾਂਜੀ, ਬੱਚੇ ਭੈਣਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ, ਤੁਸੀਂ ਕਿਹੜੇ ਸਿਟੀ ਤੋਂ? ਇੰਗਲੈਂਡ, ਬਰਮਿੰਘਮ। ਬਰਮਿੰਘਮ, ਹਾਂਜੀ। ਕਿਵੇਂ ਦਾ ਤੁਸੀਂ ਕੀ ਐਕਸਪੀਰੀਅੰਸ ਸ਼ੇਅਰ ਕਰਦੇ ਹੋ ਆਪਣਾ? ਹਾਈ ਯੂ ਫੀਲ? ਆਈ ਕਾਨਟ ਸਪੀਕ ਪੰਜਾਬੀ। ਯੂ ਕੈਨ ਸਪੀਕ ਇਨ ਇੰਗਲਿਸ਼। ਵੈਰੀ ਫੁਲਫਿਲਿੰਗ ਐਕਸਪੀਰੀਅੰਸ ਐਂਡ ਅਮੇਜ਼ਿੰਗ ਟੂ ਸੀ, ਲਾਈਫ ਚੇਂਜਿੰਗ। ਸੋ ਮੈਨੂੰ ਲੱਗਦਾ ਕਿ ਇਹ ਬੱਚੇ ਜਿਹੜੇ ਨੇ ਨਾ, ਇਸ ਲਈ ਘਬਰਾ ਜਾਂਦੇ ਕਿ ਅਸੀਂ ਪੰਜਾਬੀ 'ਚ ਕਿਵੇਂ ਬੋਲਾਂਗੇ, ਸਾਨੂੰ ਪੰਜਾਬੀ ਘੱਟ ਆਉਂਦੀ ਹੈ ਨਾ, ਇਹੀ ਕਾਰਨ ਹੈ। ਸਾਨੂੰ, ਅਸੀਂ ਤਾਂ ਠੀਕ ਹਾਂ ਪਰ ਕਈਆਂ ਨੂੰ ਨਹੀਂ ਆਉਂਦੀ, ਕਈਆਂ ਨੂੰ ਨਹੀਂ ਆਉਂਦੀ, ਸੋਚਦੇ ਕਿ ਅਸੀਂ ਕੀ ਐਕਸਪ੍ਰੈਸ ਕਰਾਂਗੇ। ਹਾਂਜੀ, ਪਰ ਤੁਹਾਨੂੰ ਸੁਣਨ ਵਾਲੇ ਤਾਂ ਇੰਗਲਿਸ਼ ਵਾਲੇ ਨੇ, ਉਹ ਸਮਝ ਜਾਣਗੇ, ਤੁਸੀਂ ਇੰਗਲਿਸ਼ ਬੋਲ ਦਿਓ, ਕੋਈ ਗੱਲ ਨਹੀਂ। ਇੰਗਲਿਸ਼ ਵਾਲੇ ਉੱਥੇ ਹੀ ਸੁਣਦੇ ਨੇ, ਮੈਂ ਕਿਹਾ ਸਾਰੇ ਇੰਗਲੈਂਡ ਵਾਲੇ ਉੱਥੇ ਦੇਖਦੇ ਨੇ ਵਾਲੇ ਨੇ। ਬਿਲਕੁਲ, ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤੇ ਆਪਣੀ ਇੱਥੇ ਦੀ ਫੀਲਿੰਗ ਕਿਵੇਂ ਦਾ ਮਹਿਸੂਸ ਕਰਦੇ ਹੋ? It's an amazing feeling to see, Hanji, everyone taking part, helping. It's an amazing. You came for the first time over here? Hanji, first time. First time in Patna. Very nice, thank you. So, ਸਤਨਾਮ ਵਾਹਿਗੁਰੂ। ਆਹ ਵੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਵੇਖੋ ਕਿੰਨੇ ਸੇਵਾ, ਵੇਖੋ ਕਿੱਡੇ ਵੱਡੇ ਭਾਗਾਂ ਵਾਲੀ ਸੇਵਾ ਜਿਹੜੀ ਪ੍ਰਾਪਤ। ਮਹਾਰਾਜ ਨੇ ਜੇ ਸਾਡਾ ਨਾਮ ਲਿਖਿਆ ਆ ਤੇ ਉਹਨਾਂ ਨੇ ਸਾਡੇ ਤੋਂ ਕਰਾ ਲੈਣੀ ਆ। ਸਾਡਾ ਤਾਂ ਕੁਛ ਵੀ ਨਹੀਂ ਹੈਗਾ, ਜੋ ਵੀ ਮਹਾਰਾਜ ਦਾ ਹੈਗਾ ਆ। ਅਸੀਂ ਤੁਹਾਨੂੰ ਸੰਗਤ ਟੀਵੀ ਤੋਂ ਦੇਖਦੇ ਹੁੰਦੇ ਹਾਂ, ਮੈਨੂੰ ਲੱਗਾ ਤੁਸੀਂ ਇੰਗਲੈਂਡ 'ਚ ਰਹਿੰਦੇ ਹਾਂ। ਹਾਂਜੀ ਹਾਂਜੀ ਹਾਂਜੀ, ਮਾਲਕ ਦੀ ਬਖਸ਼ਿਸ਼ ਆ, ਮਹਾਰਾਜ ਦਾ ਸਦਕਾ। ਕਿੰਨੇ 1-20 ਰੁਪਈਆਂ ਤੋਂ ਉਹਨਾਂ ਨੇ ਲੰਗਰ ਚਲਾਇਆ ਸੀ, ਹੁਣ ਅੱਜ ਕਰੋੜਾਂ ਦੀ ਗਿਣਤੀ ਦੇ ਉੱਤੇ, ਅਰਬਾਂ ਦੀ ਗਿਣਤੀ ਦੇ ਉੱਤੇ ਮਹਾਰਾਜ ਨੇ ਦੇਖ ਲਓ ਸਦਕੇ ਦੇ ਸਭ ਕੁਛ ਹੋਇਆ ਹੈ। ਅਸੀਂ ਕੁਛ ਵੀ ਨਹੀਂ ਕਰ ਸਕਦੇ, ਜੋ ਮਹਾਰਾਜ ਨੇ ਕੀਤਾ ਉਹ ਅਸੀਂ ਨਹੀਂ ਕਰ ਸਕਦੇ। ਹਾਂਜੀ ਉਹਨਾਂ ਨੇ ਦੇਖੋ, ਹਾਂਜੀ ਜੰਗਲ 'ਚ ਮੰਗਲ ਲਾ ਤਾ, ਗਰੀਬਾਂ ਨੂੰ ਰਜਾ ਦਿੱਤਾ ਉਹਨਾਂ ਨੇ, ਹਰੇਕ ਦਾ ਹੀ, ਹਰੇਕ ਰੱਜ ਰੱਜ ਪ੍ਰਸ਼ਾਦੇ ਛਕੋ, 4-4 ਵਾਰੀ ਛਕੋ, 10-10 ਵਾਰੀ ਛਕੋ, ਕੋਈ ਮਨਾਹ ਹੀ ਨਹੀਂ। ਮਾਲਕ ਨੇ ਸਾਰਿਆਂ ਦਾ ਬਹੁਤ ਭਲਾ ਕੀਤਾ, ਸਭ ਸੰਸਾਰ ਦਾ ਭਲਾ ਕੀਤਾ।
ਹੈ ਨਾ ਬਸ ਮਹਾਰਾਜ ਸਾਰਿਆਂ ਦੇ ਸੰਸਾਰ ਦੇ ਇਹਦੇ ਭਲਾ ਕਰਦੇ ਰਹਿਣ ਹਾਂਜੀ ਕਿਰਤੀਆਂ ਦਾ ਕਿਰਤ ਸਫਲੀ ਕੀਤੀ ਹੈ ਮਹਾਰਾਜ ਨੇ ਅਤੇ ਜਿਹਨਾਂ ਕੋਲ ਜਿਹਨਾਂ ਨੂੰ ਰਿਜਕ ਦੀ ਘਾਟ ਸੀ ਉਹਨਾਂ ਨੂੰ ਰਿਜਕ ਦੇ ਦਿੱਤਾ ਜਿਹਨਾਂ ਦੇ ਜਿਹਨਾਂ ਨੂੰ ਸੇਵਾ ਬਖਸ਼ੀ ਆ ਉਹਨਾਂ ਦੇ ਘਰ ਵੀ ਰਿਜਕ ਪਹੁੰਚੇਗਾ ਸੋ ਸਾਰੇ ਪਾਸੇ ਵੇਖੋ ਸੰਗਤਾਂ ਦੀ ਬੜਾ ਵੇਖੋ ਇੱਧਰ ਵੀ ਲੋਹ ਲੰਗਰ ਤਪਦੇ ਪਏ ਨੇ ਵੱਖਰੇ ਵੱਖਰੇ ਜਥੇ ਬਣੇ ਹੋਏ ਨੇ ਇਸ ਢੰਗ ਦੇ ਨਾਲ ਵੇਖੋ ਸੇਵਾ ਚੱਲਦੀ ਪਈ ਆ ਹਰ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿੱਥੋਂ ਆਈਆਂ ਸੰਗਤਾਂ ਜੀ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਵਾਹ ਜੀ ਵਾਹ ਤੁਸੀਂ ਤਾਂ ਆਏ ਅਨੰਦਪੁਰ ਸਾਹਿਬ ਤੋਂ ਅਤੇ ਇੱਥੇ ਕਿਵੇਂ ਦਾ ਆਨੰਦ ਬਣਿਆ ਹੋਇਆ ਜੀ ਹਾਂਜੀ ਬਸ ਵਧੀਆ ਬਣਿਆ ਹਾਂਜੀ ਵਧੀਆ ਹੋ ਸੇਵਾ ਖੂਬ ਚੱਲਦੀ ਪਈ ਹੈ ਜੀ ਹਾਂਜੀ ਲਗਾਤਾਰ ਹੀ ਸੇਵਾ ਚੱਲੀ ਜਾਂਦੀ ਹੈ ਜੀ ਵੇਖੋ ਲੋ ਲੰਗਰ ਤਪੀ ਜਾ ਰਹੇ ਨੇ ਪ੍ਰਸ਼ਾਦੇ ਪੱਕੀ ਜਾ ਰਹੇ ਨੇ ਸੰਗਤਾਂ ਛਕੀ ਜਾ ਰਹੀਆਂ ਨੇ ਸੋ ਮਹਾਰਾਜ ਦੀ ਮਿਹਰ ਦੇ ਨਾਲ ਸੋ ਇਹ ਸਭ ਗੁਰੂ ਦੇ ਪਿਆਰ ਦੇ ਵਿੱਚ ਸੰਗਤਾਂ ਆਈਆਂ ਨੇ ਜਿਨ੍ਹਾਂ ਨੂੰ ਸਤਿਗੁਰੂ ਬਖਸ਼ਿਸ਼ ਕਰ ਦਿੰਦਾ ਮਿਹਰ ਬਖਸ਼ਿਸ਼ ਕਰ ਦਿੰਦਾ ਜਿਨ੍ਹਾਂ ਪਰਿਵਾਰਾਂ 'ਤੇ ਮਿਹਰ ਰਹਿਮਤ ਹੋ ਜਾਂਦੀ ਹੈ ਉਹ ਪਰਿਵਾਰ ਜਿਹੜੇ ਨੇ ਉਹ ਫਿਰ ਛੋਟੇ ਛੋਟੇ ਬੱਚਿਆਂ ਨੂੰ ਵੀ ਲੈ ਕੇ ਆ ਜਾਂਦੇ ਨੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਈਆਂ ਸੰਗਤਾਂ ਅਨੰਦਪੁਰ ਸਾਹਿਬ ਹਾਂਜੀ ਸਾਰੇ ਉੱਥੇ ਵੀ ਆਨੰਦ ਵਰਸਦਾ ਇੱਥੇ ਵੀ ਆਨੰਦ ਵਰਸਦਾ ਤੋ ਵੇਖੋ ਭੈਣ ਜੀ ਆਪ ਜੀ ਵੀ ਹਾਂਜੀ ਅਸੀਂ ਅੰਮ੍ਰਿਤਸਰ ਤੋਂ ਹਾਂਜੀ ਬੜੀ ਸੰਗਤ ਆਈ ਬਹੁਤ ਜ਼ਿਆਦਾ ਆਈ ਹਾਂਜੀ ਸੇਵਾ ਕਰਨ ਵਾਸਤੇ ਆਏ ਬਸ ਪ੍ਰਸ਼ਾਦੇ ਪਕਾਉਣੇ ਅਸੀਂ ਬੀਬੀਆਂ ਨੇ ਹਾਂਜੀ ਮਹਾਰਾਜ ਦਾ ਦਿਹਾੜਾ ਅਤੇ ਬਾਬੇ ਲੈ ਕੇ ਆਏ ਆਪ ਅਤੇ ਬਾਬਾ ਜੀ ਪਰਲੋਸ ਧਾਰ ਗਏ ਉੱਦਣ ਹੀ ਅਤੇ ਬੜਾ ਮਨ ਨਹੀਂ ਕਰਦਾ ਫਿਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਲੈ ਦਿੱਤਾ ਫਿਰ ਹਾਂਜੀ 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 ਅੰਮ੍ਰਿਤਸਰ ਤੋਂ ਬਹੁਤ ਸੰਗਤ ਆਈ ਹਾਂਜੀ ਮਹਾਰਾਜ ਸਾਰਿਆਂ ਦੇ ਘਰ ਭਰਦੇ ਪਏ ਨੇ ਜਿਹਨਾਂ ਨੂੰ ਸੇਵਾ ਬਖਸ਼ੀ ਇਹਨਾਂ ਦੇ ਵੀ ਘਰ ਭਰਨੇ ਉਹਨੇ ਅਤੇ ਜਿੰਨਾ ਕੋਈ ਰੋਟੀ ਘੱਟ ਸੀਗੇ ਉਹਨਾਂ ਨੂੰ ਰੋਟੀ ਖਵਾ ਰਹੇ ਰੋਟੀ ਖਵਾ ਬਹੁਤ ਜ਼ਿਆਦਾ ਲੰਗਰ ਪੱਕਣ ਡਿਆ ਉੱਦਾਂ ਦਾ ਜੋ ਸਵੇਰ ਤੋਂ 5 ਵਜੇ ਚਾਲੂ ਹੁੰਦਾ ਨਾ ਸ਼ਾਮਾਂ ਦੇ 8 ਵਜੇ 9 ਵਜੇ ਤੱਕ ਪੱਕਦਾ ਰਹਿੰਦਾ ਹਾਂਜੀ ਅਤੇ ਇਹ ਸਭ ਬੀਬੀਆਂ ਦੀ ਹੈ ਚਲੋ ਮਾਈਆਂ ਰੱਬ ਜਾਈਆਂ ਹਾਂਜੀ ਮਹਾਰਾਜ ਦੀ ਮੇਰ ਰਹਿਮਤ ਆ ਸੰਗਤ ਜੀ ਇੱਧਰ ਵੇਖੋ ਤੰਦੂਰਾਂ ਦੇ ਵੀ ਪ੍ਰਸ਼ਾਦੇ ਪੱਕਦੇ ਪਏ ਨੇ ਉਹ ਵੀ ਜਿਹੜੇ ਤੰਦੂਰਾਂ ਵਾਲੇ ਸੇਵਾਦਾਰ ਨੇ ਉਹ ਵੀ ਨਿਰੰਤਰ ਹੀ ਲੱਗੇ ਹੋਏ ਨੇ ਸੋ ਬੜੇ ਪਿਆਰ ਦੇ ਵਿੱਚ ਸੇਵਾ ਚੱਲਦੀ ਪਈ ਆ ਆ ਸਾਡਾ ਨੌਜਵਾਨ ਵੀਰ ਨਾਮ ਜਪਾ ਰਿਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਨਿਰੰਤਰ ਹੀ ਇੱਧਰ ਸਿੰਘ ਜਿਹੜੇ ਨੇ ਆਟਾ ਤਿਆਰ ਕਰਦੇ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤਾਂ ਕਿੱਧਰੋਂ ਆਈਆਂ ਬਾਬਾ ਜੀ ਇਹ ਵਾਰੂ ਕਿਲ੍ਹਾ ਆਨੰਦਗੜ੍ਹ ਤੋਂ ਆਏ ਜੀ ਅਨੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੜਾ ਮੈਨੂੰ ਲੱਗਦਾ 24 ਘੰਟੇ ਮਸ਼ੀਨਾਂ ਚੱਲਣ ਡੀਆਂ ਹਾਂਜੀ 24 ਘੰਟੇ ਚੱਲਦੀ ਜੀ ਸੇਵਾਵਾਂ ਚੱਲ ਰਹੀਆਂ ਕਿਵੇਂ ਦਾ ਆਨੰਦ ਬਣਿਆ ਹੋਇਆ ਜੀ ਬਹੁਤ ਆਨੰਦ ਹੈ ਜੀ ਗੁਰੂ ਮਹਾਰਾਜ ਦੀ ਕਿਰਪਾ ਬਿਲਕੁਲ ਪ੍ਰਤੱਖ ਆਨੰਦ ਵਰਸ ਰਿਹਾ ਮੇਰਾ ਵਰਤ ਰਹੀਆਂ ਸਭ ਪਾਸੇ ਮੇਰਾ ਵਰਤ ਰਹੀਆਂ ਨੇ ਇਵੇਂ ਲੱਗ ਰਿਹਾ ਕਿ ਗੁਲਕਲ ਕੀ ਤਰ ਪਾਤਸ਼ਾਹ ਵੀ ਇੱਕ ਸਾਡੇ ਵਿੱਚ ਹੀ ਜਿਵੇਂ ਰਾਣੀ ਮੈਣੀ ਦੇ ਵਿਹੜੇ ਖੇਡਦੇ ਸੀ ਇੱਥੇ ਇਹਨਾਂ ਮਾਈਆਂ ਬੀਬੀਆਂ ਨੂੰ ਵੀ ਸ਼ਾਇਦ ਉਹ ਵੀ ਪਿਆਰ ਦਿੰਦੇ ਹੋਣਗੇ ਸਾਡੇ ਵਰਗੇ ਨਿਕੰਮਿਆਂ ਨੂੰ ਵੀ ਸਾਨੂੰ ਸਾਰਿਆਂ ਨੂੰ ਤੱਕਦੇ ਤਾਂ ਪਏ ਹੋਣਗੇ ਨਾ ਕਿ ਇਹ ਆਏ ਨੇ ਮੇਰੇ ਵਿਹੜੇ ਆਏ ਨੇ ਨਾ ਤੁਹਾਨੂੰ ਵੀ ਵੇਖਦੇ ਪਏ ਹੋਣੇ ਆ ਵੀ ਇਹ ਤੜਫਦੇ ਨੇ ਤਰਸਦੇ ਨੇ ਦਿਦਾਰਿਆਂ ਨੂੰ ਸੋ ਸਾਨੂੰ ਸਾਰਿਆਂ ਸਾਡੇ ਸਾਰਿਆਂ ਦੇ ਦਿਲ ਦੇ ਅੰਦਰ ਦੀ ਉਹ ਜਾਣਦਾ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਣਤ ਉਹ ਸਾਡੇ ਸਾਰਿਆਂ ਦੇ ਦਿਲ ਦੀ ਜਾਣਦਾ ਉਹ ਸਮਝਦਾ ਪਿਆ ਸਾਡੇ ਸਾਰਿਆਂ ਦੀ ਸਮਝਦਾ ਪਿਆ ਉਹਨੂੰ ਪਤਾ ਹੈ ਜਿਵੇਂ ਦੁਨਿਆਵੀ ਮਾਪਿਆਂ ਨੂੰ ਪਤਾ ਹੁੰਦਾ ਬੱਚਿਆਂ ਦਾ ਬੱਚਿਆਂ ਨੂੰ ਕੀ ਲੋੜਾਂ ਨੇ ਬੱਚਿਆਂ ਦੀਆਂ ਕੀ ਥੋੜ੍ਹਾਂ ਨੇ
ਉਹਨੂੰ ਵੀ ਪਤਾ ਹੈ, ਉਹਨੂੰ ਸਾਡੇ ਨਾਲੋਂ ਵੱਧ ਫਿਕਰ ਹੁੰਦਾ ਸਾਡਾ, ਅਤੇ ਮੈਨੂੰ ਲੱਗਦਾ ਕਿ ਉਹ ਸਾਨੂੰ ਸਾਰਿਆਂ ਨੂੰ ਪਿਆਰ ਦੇ ਰਿਹਾ। ਪਿਆਰ ਤਾਂ ਸਾਰੀ ਲੋਕਾਈ ਨੂੰ ਹੀ ਕਰਦਾ, ਉਹ ਪ੍ਰਤਪਾਲ ਦਾ, ਸਮਾਲ ਦਾ, ਉਹ ਦਿਆਲੂ ਹੈ, ਕਿਰਪਾਲੂ ਹੈ, ਉਹ ਸਾਡਾ ਸਾਰਿਆਂ ਦਾ ਪਿਤਾ ਹੈ। ਸਾਨੂੰ ਇਸ ਗੱਲ ਦਾ ਫਖਰ ਹੈ ਕਿ ਉਹ ਸਾਡਾ ਪਿਤਾ ਹੈ, ਅਤੇ ਕਿਤੇ ਉਹ ਕਿਰਪਾ ਕਰਦੇ ਕਿ ਸਾਨੂੰ ਇਸ ਕਾਬਲ ਬਣਾ ਲਏ ਕਿ ਉਹ ਸਾਨੂੰ ਆਪਣੇ ਬੱਚੇ ਮੰਨ ਲਏ, ਅਸੀਂ ਉੱਥੋਂ ਤੱਕ ਪਹੁੰਚ ਸਕੀਏ, ਉਹਦੀਆਂ ਉਮੀਦਾਂ 'ਤੇ ਅਸੀਂ ਪਹੁੰਚ ਸਕੀਏ, ਇਹ ਕਿਤੇ ਉਹ ਕਿਰਪਾ ਕਰਦੇ ਸੋ ਸਾਡਾ ਵੀ ਜੀਵਨ ਸਫਲਾ ਹੋ ਜਾਏ। ਸੋ ਮੈਂ ਸਮਝਦਾ ਇੰਨੀਆਂ ਕੁ ਸੇਵਾਵਾਂ, ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੋ ਆਪ ਸਭ ਨੂੰ ਰੱਜ ਕੇ ਢੇਰ ਸਾਰੀਆਂ ਮੁਬਾਰਕਬਾਦਾਂ, ਢੇਰ ਸਾਰੀਆਂ ਬਲੈਸਿੰਗ ਇਸ ਧਰਤੀ ਤੋਂ, ਜਿਹੜੀਆਂ ਇੱਥੇ ਇਸ ਆਬੋ ਹਵਾ ਦੇ ਵਿੱਚ ਇਸ ਵੇਲੇ ਮਿਹਰਾਂ ਚੱਲਦੀਆਂ ਪਈਆਂ, ਮਹਾਰਾਜ ਆਪ ਜੀ ਦੇ ਘਰਾਂ 'ਚ ਵੀ ਪਹੁੰਚਾਏ। ਤੁਸੀਂ ਜੋ ਸੇਵਾ ਕਰਦੇ ਹੋ, ਜੋ ਸਾਨੂੰ ਸਹਿਯੋਗ ਦਿੰਦੇ ਹੋ, ਸੰਗਤ ਟੀਵੀ ਦੇ ਉੱਤੇ ਡਾਇਰੈਕਟ ਡੈਬਿਟ ਲਵਾਏ ਹੋਏ ਨੇ, ਹਰ ਮਹੀਨੇ ਸੇਵਾ ਕਰਦੇ ਹੋ, ਹਰ ਪੱਖ ਤੋਂ ਸੇਵਾ ਕਰਦੇ ਹੋ, ਅਸੀਂ ਤੁਹਾਡੇ ਸਾਰਿਆਂ ਦੀ ਹਾਜ਼ਰੀ ਵੀ ਇੱਥੇ ਲਗਾਉਂਦੇ ਹਾਂ। ਸੋ ਇੱਕ ਆਪਾਂ ਜੈਕਾਰਾ ਬੁਲਾਉਂਦੇ ਹਾਂ ਸਾਂਝਾ ਜਿਹਾ, ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੋ ਆਪ ਸਭ ਦੀ ਵੀ ਹਾਜ਼ਰੀ ਮਹਾਰਾਜ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।